ਕਰਨਵੀਰ ਸਿੰਘ ਕੋਲ ਪਰਪਲੀ 70 ਸਾਲ ਲੈ ਕੇ ਹਾਜ਼ਰਾਂ ਜੀ ਪ੍ਰੋਗਰਾਮ ਨਿਰਪਖ ਟਾਕ ਵਿਦ ਪ੍ਰੋਫੈਸਰ ਮਨਜੀਤ ਸਿੰਘ ਖਬਰ ਦੀ ਖਬਰ ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਦਾ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਫੈਸਰ ਧੰਨਵਾਦ ਜੀ ਕਰਨਵੀਰ ਜੀ ਤੇ ਇਸ ਦੇ ਨਾਲ ਹੀ ਅੱਜ ਸਭ ਤੋਂ ਪਹਿਲਾਂ 12 ਪੋ ਦਾ ਜਿਹੜਾ ਦਿਨ ਹੈ ਅੱਜ ਗੁਰੂ ਮਹਾਰਾਜ ਦੇ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰੀ ਦਾ ਜਿਹੜਾ ਸ਼ਹਾਦਤਾਂ ਦੇ ਸਫ਼ਰ ਨੂੰ ਯਾਦ ਕਰਦੇ ਹਾਂ ਫਤਿਹਗੜ੍ਹ ਸਾਹਿਬ ਵਿੱਚ ਸਵਾ ਚੱਲ ਰਹੀ ਹੈ ਤੇ ਅੱਜ 12 ਪੋ ਨੂੰ ਸੂਬੇ ਦੀ ਕਚਹਿਰੀ ਵਿੱਚ ਉਹਨਾਂ ਨੂੰ ਨੀਹਾ ਵਿੱਚ ਚਣਵਾਉਣ ਦਾ ਜਿਹੜਾ ਫੈਸਲਾ ਦਿੱਤਾ ਗਿਆ ਸੀ ਤੇ ਸ਼ਹਾਦਤਾਂ ਨੂੰ ਅਸੀਂ ਕੋਟ ਕੋਟ ਪ੍ਰਣਾਮ ਕਰਦੇ ਹਾਂ ਉਸ ਤੋਂ ਬਾਅਦ ਸ਼ੁਰੂਆਤ ਕਰਦੇ ਹਾਂ ਖਬਰਾਂ ਦੀ ਹਮੇਸ਼ਾ ਹੀ ਤਰ੍ਹਾਂ ਤੇ ਸਭ ਤੋਂ ਜੇਕਰ ਅੱਜ ਸੁਰੱਖਿਆ ਦੀ ਗੱਲ ਕਰੀ ਤਾਂ ਉਸ ਦੇ ਵਿੱਚ ਦੇਸ਼ ਦੇ ਦੋ ਵੱਡੇ ਇੱਕ ਲੀਡਰ ਤੇ ਦੂਜਾ ਫੌਜ ਦੇ ਮੁਖੀ ਦਾ ਬਿਆਨ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਅਮਿਤ ਸ਼ਾਹ ਕਹਿੰਦਾ ਹੈ ਕਿ ਦੇਸ਼ ਦੇ ਵਿੱਚ ਜਿਹੜੇ ਟੁਕੜੇ ਟੁਕੜੇ ਗੈਂਗ ਨੇ ਉਹਨਾਂ ਨੂੰ ਅਸੀਂ ਬਖਸ਼ਾਂਗੇ ਨਹੀਂ ਸਬਕ ਸਿਖਾਉਣ ਦਾ ਸਮਾਂ ਆ ਰਿਹਾ ਤੇ ਦੂਜੇ ਪਾਸੇ ਫੌਜ ਦੇ ਮੁਖੀ ਵੱਲੋਂ ਬਿਆਨ ਹੈ ਕਿ ਜਿਹੜੇ ਹਿੰਸਾ ਦਾ ਪ੍ਰਦਰਸ਼ਨ ਜੋ ਲੋਕ ਕਰਦੇ ਨੇ ਉਹਦੇ ਅਗਵਾਈ ਕਰਨ ਵਾਲੇ ਕਦੇ ਨੇਤਾ ਨਹੀਂ ਹੋ ਸਕਦੇ ਸੋ ਕਾਂਗਰਸ ਤੇ ਉਹਦਾ ਵਿਅੰਗ ਹੈ ਤੇ ਪ੍ਰੋਫੈਸਰ ਸਾਹਿਬ ਇਹ ਦੋ ਜਿਹੜੇ ਕਾਫੀ ਸਿਰ ਕੱਢ ਵਿਅਕਤੀ ਨੇ ਹਿੰਦੁਸਤਾਨ ਦੇ ਇਹਨਾਂ ਦੇ ਬਿਆਨਾਂ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਕੀ ਕਹਿਣਾ ਬਣਦਾ ਇਸ ਤੇ ਕਰਮਵੀਰ ਗੱਲ ਬਿਆਨਾਂ ਦੀ ਓਨੀ ਨਹੀਂ ਹੈ ਜਿੱਥੇ ਜਿੰਨੀ ਬਿਆਨਾਂ ਦੇ ਪਿੱਛੇ ਕਿਹੜੀ ਸੋਚ ਕੰਮ ਕਰ ਰਹੀ ਹੈ ਸਾਨੂੰ ਉਹਦਾ ਖਤਰਾ ਜ਼ਿਆਦਾ ਸਾਨੂੰ ਚਿੰਤਾ ਵੀ ਉਸੇ ਗੱਲ ਦੀ ਹੈ ਹਾਂਜੀ ਕੀ ਜੋ ਆਰਐਸਐਸ ਦਾ オリジナル ਅਜੰਡਾ ਹੈਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਸਾਰੀ ਦੁਨੀਆ ਦੇ ਵਿੱਚ ਇੱਕੋ ਇੱਕ ਹਿੰਦੂ ਸਟੇਟ ਹੈਗੀ ਹੈ ਔਰ ਤੁਹਾਨੂੰ ਪਤਾ ਪਈ ਲ ਨੇਪਾਲ ਹਿੰਦੂ ਸਟੇਟ ਹੁੰਦੀ ਸੀ ਫਿਰ ਉਹਨਾਂ ਨੇ ਵੀ ਸੈਕੂਲਰ ਸਟੇਟ ਆਪਣੇ ਆਪ ਨੂੰ ਬਣਾ ਲਿਆ ਤੇ ਇਸਲਾਮਿਕ ਸਟੇਟਸ ਤੇ ਬਹੁਤ ਹੈਗੀਆਂ ਇਨਕਲੂਡਿੰਗ ਪਾਕਿਸਤਾਨ ਪਰ ਹਿੰਦੂ ਸਟੇਟਸ ਤੇ ਹਿੰਦੂਆਂ ਦਾ ਘਰ ਕਿਹੜਾ ਉਹਨਾਂ ਦੇ ਮਨ ਵਿੱਚ ਹੈ ਪੇ ਹਿੰਦੂਆਂ ਦਾ ਘਰ ਕਿਹੜਾ ਇਸ ਕਰਕੇ ਅਸੀਂ ਭਾਰਤ ਨੂੰ ਇੱਕ ਹਿੰਦੂਸਤਾਨ ਹਿੰਦੂਸਤਾਨ ਬਣਾ ਕੇ ਇਹਨੂੰ ਹਿੰਦੂ ਸਟੇਟ ਬਣਾਉਣਾ ਔਰ ਇਹਦੇ ਵਿੱਚ ਤਿੰਨ ਕਿਸਮ ਦੇ ਜਿਹੜੇ ਦੁਸ਼ਮਣ ਹੈਗੇ ਭਾਰਤ ਦੇ ਇਸ ਹਿੰਦੂ ਰਾਸ਼ਟਰ ਦੇ ਉਹਨਾਂ ਨੂੰ ਖਦੇੜਨਾ ਉਹ ਕੌਣ ਕੌਣ ਨੇ ਆ ਮੁਸਲਮਾਨ ਕ੍ਰਿਸਚੀਅਨ ਇਹਨਾਂ ਦੋਵਾਂ ਨੂੰ ਉਹ ਬਾਹਰੀ ਰਿਲੀਜੀਅਨ ਕਹਿੰਦੇ ਆ ਔਰ ਤੀਸਰਾ ਕਮਿਊਨਿਸਟ ਲੈਫਟ ਕਿਉਂਕਿ ਉਹ ਜਿਆਦਾ ਹਰ ਗੱਲ ਦੇ ਉੱਤੇ ਇਹਨਾਂ ਦੇ ਉੱਤੇ ਕਿੰਤੂ ਪਰੰਤੂ ਪਾਵੇਂ ਜਵੜਲਾ ਨਹਿਰੂ ਯੂਨੀਵਰਸਿਟੀ ਹੋਵੇ ਪਾਵੇਂ ਹੋਰ ਯੂਨੀਵਰਸਟੀਆਂ ਹੋਣ ਜਿਹੜਾ ਇਸ ਵੇਲੇ ਵੀ ਬਹੁਤ ਸਾਰੇ ਪ੍ਰੋਟੈਸਟ ਦੇਸ਼ ਦੇ ਅੰਦਰ ਹੋਏ ਆ ਤੋ ਕਾਫੀ ਵੱਡਾ ਹਾਥੇ ਇਸ ਗੱਲ ਦੇ ਉੱਤੇ ਲੈਫਟਾਂ ਦਾ ਸੀਗਾ ਜਿੱਥੋਂ ਤੱਕ ਟੁਕੜੇ ਟੁਕੜੇ ਗੈਂਗ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਮੈਨੂੰ ਅਫਸੋਸ ਹੁੰਦਾ ਆ ਕਿ ਤੁਸੀਂ ਦੇਸ਼ ਦੇ ਇੱਕ ਐਡੇ ਸਿਰ ਕੱਢ ਲੀਡਰ ਹੈਗੇ ਆ ਹੋਮ ਮਿਨਿਸਟਰ ਹੈਗੇ ਆ ਮੈਸੇਜ ਕੀ ਦੇਣਾ ਚਾਹੁੰਦੇ ਇਹ ਹੀ ਕਾਰਨ ਆ ਕਿ ਰਾवट ਵਰਗਿਆਂ ਦੀ ਜ਼ਰਤ ਪੈਂਦੀ ਆ ਉਹ ਇਹ ਵੀ ਕਹਿਣ ਲਈ ਕਿ ਦੂਜੀਆਂ ਪਾਰਟੀਆਂ ਨੂੰ ਨਸੀਹਤ ਦੇ ਰਹੇ ਆ ਕਿ ਜਿਹੜੀਆਂ ਦੂਜੀ ਪਾਰਟੀਆਂ ਆ ਖਾਸ ਕਰ ਕਾਂਗਰਸ ਜਾਂ ਹੋਰ ਵਿਰੋਧੀ ਪਾਰਟੀਆਂ ਉਹ ਲੋਕਾਂ ਨੂੰ ਮਿਸ ਗਾਈਡ ਕਰ ਰਹੀਆਂ ਆ ਲੋਕਾਂ ਨੂੰ ਗਲਤ ਪਾਸੇ ਗਮਰਾਹ ਕਰਕੇ ਭੜਕਾ ਰਹੀਆਂ ਆ ਇਸ ਕਿਸਮ ਦਾ ਅਭਿਆਨ ਜਣੀ ਰਾਜਨੀਤਿਕ ਪਾਰਟੀਆਂ ਬਾਰੇ ਇੱਕ ਆਰਮੀ ਜਨਰਲ ਵੱਲੋਂ ਆਉਣਾ ਇਹ ਆਪਣੇ ਆਪ 'ਚ ਬਹੁਤ ਹੀ ਮੰਦਭਾਗਾ ਹੈਗਾ ਆਪਾਂ ਹੁਣ ਮੰਦਭਾਗਾ ਕਹਿ ਕੇ ਸਾਰ ਲਾਂਗੇ ਆਉਣ ਵਾਲੇ ਸਮੇਂ 'ਚ ਇਹਦੇ ਰਿਜ਼ਲਟ ਕੀ ਨਿਕਲਣਗੇ ਉਹ ਕੱਲਾ ਭਾਗਾ ਤੱਕ ਨਹੀਂ ਗੱਲ ਖੜੀ ਹੋਊਗੀ ਇੱਕ ਇਹ ਕਾਫੀ ਚਿੰਤਾਜਨਕ ਉਹ ਗੱਲ ਹੈਗੀ ਹੈ ਮੈਂ ਤਾਂ ਵੀ ਥੇ ਵੀ ਦੱਸ ਦਿਆਂ ਕਿ ਕੱਲਾ ਇਹ ਹੀ ਨਹੀਂ ਜਦੋਂ ਐਮਯੂ ਦੇ ਸਟੂਡੈਂਟਸ ਨੂੰ ਜਿਹੜੇ ਉੱਥੇ ਹੜਤਾਲ ਕਰ ਰਹੇ ਸੀ ਇਹ ਸੀ ਏਏ ਦੇ ਵਿਰੋਧ ਜਾਂ ਹੋਰ ਨਾ ਵਿਰੋਧ ਇਹ ਜਿਹੜਾ ਸਾਰਾ ਨੈਸ਼ਨਲ ਪਪੂਲੇਸ਼ਨ ਰਜਿਸਟਰ ਜਾਂ ਜਿਹੜਾ ਐਨ ਆਰ ਸੀ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਬਣਾਇਆ ਹੈ ਇਹਨਾਂ ਵਿਰੁੱਧ ਕਰ ਰਹੇ ਸੀ ਤੇ ਉੱਥੇ ਦੀ ਜਿਹੜੀ ਪੁਲਿਸ ਜਦੋਂ ਉਹਨਾਂ ਨੂੰ ਫੜ ਰਹੀ ਸੀ ਜਾਂ ਕੁੱਟ ਮਾਰ ਰਹੀ ਸੀ ਤੇ ਨਾਲ ਇਹ ਵੀ ਨਾਰੇ ਲਾ ਰਹੇ ਸੀ ਜੈ ਸ਼੍ਰੀ ਰਾਮ ਇਸੇ ਤਰੀਕੇ ਨਾਲ ਮੈਂ ਬੜਾ ਹੈਰਾਨ ਸੀ ਕਿ ਦਿੱਲੀ ਦਾ ਪੁਲਿਸ ਦਾ ਵਿਭਾਗ ਕਰਨਵੀਰ ਇਹ ਇਹਦੇ ਅਧੀਨ ਆ ਸੈਂਟਰ ਦੇ ਅਧੀਨ ਹੈ ਹੋਮ ਮਿਨਿਸਟਰ ਦੇ ਅਧੀਨ ਹੈ ਤਾਂ ਕਿ ਕੇਜਰੀਵਾਲ ਬਹੁਤ ਪਿੱਟਦਾ ਆ ਕਿ ਮੈਨੂੰ ਮੇਰੀ ਤਾਂ ਕੋਈ ਸੁਣਦਾ ਹੀ ਨਹੀਂ ਸੁਣਦੇ ਨਹੀਂ ਕਿਉਂਕਿ ਉਸ ਦਾ ਮੇਨ ਇਥੇ ਹਾਂ ਅਧੀਨ ਸਟੇਟ ਹੈਗੀ ਆ ਫੁੱਲ ਸਟੇਟ ਨਹੀਂ ਹੈਗੀ ਬਹੁਤ ਸਾਰੇ ਆਰਡਰ ਜਿਹੜੇ ਆ ਜਾਂ ਕੰਮ ਆ ਜਿਹੜੇ ਸੈਂਟਰ ਤੋਂ ਪਾਸ ਕਰਾ ਕੇ ਮਨਜ਼ੂਰੀ ਲੈ ਕੇ ਫਿਰ ਸ਼ੁਰੂ ਕਰਾਉਣੇ ਪੈਂਦੇ ਆ ਇਸ ਕਰਕੇ ਇਸ ਕਰਕੇ ਉਸ ਪੁਲਿਸ ਅਫਸਰ ਨੇ ਪੰਜਾਬੀ ਸੀਗਾ ਮੇਰਾ ਖਿਆਲ ਜਿਤੋਂ ਤੱਕ ਸ਼ਾਇਦ ਚਲੋ ਨਾਂ ਲੈਂਡ ਦੀ ਕੋਈ ਲੋੜ ਨਹੀਂ ਹੈਗੀ ਉਹਦਾ ਬਿਆਨ ਜਦੋਂ ਮੈਂ ਸਕਰੀਨ ਤੇ ਸੁਣਿਆ ਮੈਂ ਹੈਰਾਨ ਰਹਿ ਗਿਆ ਕਿ ਉਹ ਖੁਦ ਕਹਿ ਰਿਹਾ ਸੀਗਾ ਕਿ ਇਹਦੇ ਚ ਗਲਤ ਕਿਹੜਾ ਸੀ ਇਹ ਕਿਉਂ ਲੋਕ ਇੰਨੇ ਭਟਕ ਰਹੇ ਹੂੰ ਇਹਦਾ ਮਤਲਬ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਆ ਕਿ ਸਰਕਾਰ ਜੇ ਅਸੀਂ ਜਦੋਂ ਛੋਟੇ ਸੀਗੇ ਨਾ ਸਕੂਲਾਂ ਦੇ ਉਹ ਇਨ੍ਹਾਂ ਇਹੋ ਜਿਹੇ ਲੋਕਾਂ ਲਈ ਆਪਣੇ ਇੱਕ ਨਾਹਰਾ ਲਾਉਂਦੇ ਸੀ ਸਟੂਡੈਂਟਸ ਅੱਜ ਤੋਂ 50 ਸਾਲ ਪਹਿਲਾਂ ਸਰਕਾਰੀ ਚਾਟੜੇ ਮਤਲਬ ਜਿਹੜੀ ਚਮਚੀਆਂ ਮਾਰ-ਮਾਰ ਕੇ ਤੁਸੀਂ ਕੀ ਲਬਣਾ ਚਾਹੁੰਦੇ ਆ ਤੇ ਮੈਂ ਕੱਲ ਦਾ ਹੀ ਮੇਰਾ ਦਿਮਾਗ ਸੋਚੀ ਜਾਂਦਾ ਕਿ 라ਵਤ ਐਡਾ ਸੀਨੀਅਰ ਸਾਡਾ ਚੀਫ ਆਫ ਆਫਰ ਮਿਸਟਰ ਫਗਨ ਤੇ ਇਸ ਇਨੂੰ ਹੁਣ ਜਿਹੜੀ ਇਹ ਸਰਕਾਰ ਨੇ ਸਾਰੀ ਕਮਾਂਡ ਨੂੰ ਸੈਂਟਰਲਾਈਜ਼ ਕਰਨ ਲਈ ਆਪਣੇ ਹੱਥ 'ਚ ਕਰਨ ਲਈ ਤਿੰਨ ਫੋਰਸੇਸ ਹੈਗੀਆਂ ਆ ਨੇਵੀ ਹੈਗੀ ਆ 에ਅਰ ਫੋਰਸ ਹੈਗੀ ਆ ਤੇ ਆਮੀ ਹੈਗੀ ਇਹਨਾਂ ਦੇ ਉੱਪਰ ਇੱਕ ਕਮਾਂਡ ਲਾਈ ਹੈ ਹਾਲਾਂਕਿ ਉਹ ਪਹਿਲਾਂ ਲਾਉਣੀ ਤੇ ਇੱਕ ਕਮਾਂਡਰੀ ਚਾਹੁੰਦੇ ਸੀਗੇ ਪਰ ਬਾਅਦ ਵਿੱਚ ਜਦੋਂ ਦੇਖਿਆ ਮੈਨੂੰ ਲੱਗਦਾ ਜਿੱਤ ਤੱਕ ਕਿ ਜਦੋਂ ਤਿੰਨ ਆਰਮ ਫੋਰਸਸ ਦੇ ਹੈੱਡ ਦੀ ਵਿਰੋਧ ਆਈ ਹੋਣੀ ਆ ਫਿਰ ਐਸੀ ਕੌਣ ਹੋਵਾਂਗੇ ਜੇ ਸਾਡੇ ਉੱਤੇ ਇੱਕ ਹੋਰ ਬਿਠਾ ਦਿੱਤਾ ਤੇ ਉਹਨਾਂ ਨੇ ਇਹ ਤੇ ਪਰੇ ਕਰ ਦਿੱਤਾ ਉਹਨਾਂ ਨੇ ਚੀਫ ਆਫ ਡਿਫੈਂਸ ਫੋਰਸ ਹੈ ਚੀਫ ਆਫ ਡਿਫੈਂਸ ਸਟਾਫ ਹਾਂ ਹਾਂ ਚੀਫ ਆਫ ਚੀਫ ਆਫ ਸੀ ਡੀ ਐਸ ਠੀਕ ਹੈ ਚੀਫ ਆਫ ਡਿਫੈਂਸ ਸਟਾਫ ਜਨ ਡਿਫੈਂਸ ਫੋਰਸਸ ਮੇਂ ਕੋਈ ਗੱਲ ਹੈ ਪਰ ਉਹਦਾ ਨਾਂ ਇਹੀ ਹੈ ਚੀਫ ਆਫ ਡਿਫੈਂਸ ਸਟਾਫ ਉਹਨਾਂ ਨੇ ਹੁਣ ਲਾਉਣਾ ਇਹ ਭੱਜ ਦੌੜ ਪਈ ਹੋਈ ਆ ਤੇ ਰਾਵਤ ਦਾ ਨਾਮ ਸਭ ਤੋਂ ਅੱਗੇ ਆ ਜਿਹੜਾ ਚਾਪਲੂਸੀ ਕਰੂਗਾ ਉਹ ਹੀ ਆਉਗਾ ਵਾਹ 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 ਤੁਸੀਂ ਅਸਲੀ ਗੱਲ ਫੜ ਲਈ ਹੈ ਇਹ ਹਿਸ ਮਾਸਟਰ ਵਾਈਸ ਜਿੰਨਾਂ ਨੇ ਕਿ ਆਪਣੇ ਮਾਲਕਾਂ ਨੂੰ ਖੁਸ਼ ਕਰਕੇ ਕਿ ਉਹਨਾਂ ਦੇ ਵਿੱਚ ਇਹ ਅਹੁਦੇ ਪਾਉਣੇ ਚਾਹੁੰਦੇ ਆ ਔਰ ਫਿਰ ਤਿੰਨਾਂ ਇਹ ਇੱਕ ਮਿਡਲ ਮੈਨ ਹੋਊਗਾ ਪ੍ਰਧਾਨ ਮੰਤਰੀ ਦੇ ਵਿਚਾਲੇ ਹੋਮ ਮਿਨਿਸਟਰਾਂ ਦੇ ਵਿਚਾਲੇ ਦੋਹਾਂ ਦੇ ਵਿਚਾਲੇ ਔਰ ਜਿਹੜੇ ਤਿੰਨੇ ਲਗ ਲਗ ਵਿੰਗ ਸਾਡੇ ਹੈਗੇ ਉਹਨਾਂ ਦੇ ਹੈਡ ਔਰ ਉਹਨਾਂ ਨੂੰ ਅਡਵਾਈਸ ਕਰੂਗਾ ਕਿ ਹੁਣ ਪ੍ਰਧਾਨ ਮੰਤਰੀ ਆ ਕਹਿ ਰਿਹਾ ਹੁਣ ਪ੍ਰਧਾਨ ਮੰਤਰੀ ਇਹ ਵਿਚੋਲੀਆ ਹੋਊਗਾ ਵਿੱਚ ਵੀ ਆਡਾ ਡ ਕਹਿ ਦਈਏ ਵੀ ਆਡਾ ਡ ਵਿਭਾਗਾਂ ਦੇ ਜਿਹੜੇ ਮੁਖੀਆਂ ਨੂੰ ਖਰੀਦਣ ਦੀ ਬਜਾਏ ਸਰਕਾਰ ਅਜਿਹਾ ਕੁਝ ਸੋਧ ਕਰਦੀ ਵੀ ਸਾਰਿਆਂ ਦੀ ਜਗ੍ਹਾ ਤੇ ਸਿੱਕਾ ਬੰਦਾ ਬਿਠਾ ਦੇ ਉਹ ਸਾਡੇ ਹੱਦਾ ਹੋਵੇ ਤੇ ਅਸੀਂ ਉਹਨਾਂ ਸਾਰਿਆਂ ਨੂੰ ਕਮਾਂਡ ਕਰ ਲਈ ਤੇ ਪ੍ਰੋਫੈਸਰ ਸਾਹਿਬ ਅਕਸਰ ਦੇਖਿਆ ਜਾਂਦਾ ਕਿ ਆਈ ਪੀ ਐਸ ਅਧਿਕਾਰੀ ਹੋਗੇ ਜਿੰਨੇ ਵੀ ਕਾਫੀ ਵੱਡੇ ਅਧਿਕਾਰੀ ਨੇ ਉਹ ਜਦੋਂ ਰਿਟਾਇਰ ਹੋ ਜਾਂਦੇ ਨੇ ਤਾਂ ਉਹਨਾਂ ਦੇ ਉਹਨਾਂ ਵੱਲੋਂ ਸਿਆਸੀ ਬਿਆਨਵਾਜੀ ਸ਼ੁਰੂ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਹ ਸਿਆਸੀ ਪਾਰਟੀਆਂ ਨੇ ਵੀ ਜੁੜ ਜਾਂਦੇ ਨੇ ਇਹ ਗੱਲ ਕੀ ਹੈ ਵੀ ਹੁਣ ਜਿਹੜੇ ਮੁਖੀ ਨੇ ਕਿਤੇ ਨਾ ਕਿਤੇ ਚਾਹੇ आईपीएस ਨੇ ਵੱਡੇ ਅਧਿਕਾਰੀ ਨੇ ਉਹ ਸਿਆਸੀ ਛਤਰ ਛਾਇਆ ਹੇਠ ਵਿੱਚ ਆਉਣ ਲੱਗ ਜਾਂਦੇ ਨੇ ਤੇ ਇਹਦਾ ਇਹੀ ਕਾਰਨ ਹੈ ਕਿ ਜਦੋਂ ਰਿਟਾਇਰ ਹੁੰਦੇ ਨੇ ਉਹਨਾਂ ਨੂੰ ਹੁੰਦਾ ਹੀ ਬਾਅਦ ਵਾਲੀ ਜ਼ਿੰਦਗੀ ਅਸੀਂ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜ ਕੇ ਲੀਡਰ ਬਣੀਏ ਤਾਂ ਹੀ ਇਸ ਤਰ੍ਹਾਂ ਦੇ ਬਿਆਨ ਉਹ ਦਿੰਦੇ ਨੇ ਦੇਖੋ ਜੇ ਤੇ ਤੁਸੀਂ ਲਾਓ ਕਾਨੂੰਨ ਦੇ ਤੌਰ ਤੇ ਤੇ ਇਹ ਸਾਡੇ ਜਿਹੜੇ ਲੀਡਰ ਇਹਨਾਂ ਕੋਲ ਕੋਈ ਪਾਵਰ ਨਹੀਂ ਹੈਗੀ ਇਹ ਤੇ ਇੱਕ ਕਾਨੂੰਨ ਬਣਾਉਣ ਵਾਲੇ ਆ ਤੁਸੀਂ ਕੈਨੇਡਾ ਅਮਰੀਕਾ ਹੋਰ ਕਿਤੇ ਜਾਓ ਤੇ ਉੱਥੇ ਮਤਲਬ ਇਵਨ ਸਾਡੇ ਦੇਸ਼ ਵਿੱਚ ਵੀ ਮੈਂ ਨਿਰਪਿੰਨ ਚਕਰਵਰਤੀ ਕਿਸੇ ਵੇਲੇ ਚੀਫ ਮਿਨਿਸਟਰ ਤ੍ਰਿਪੁਰਾ ਦਾ ਸੀਗਾ ਤੇ ਉਹ ਨੂੰ ਦੇਖੇ ਤੁਹਾਡੇ ਲਾਗੇ ਖੜਾ ਹੋਵੇ ਤੁਹਾਨੂੰ ਪਤਾ ਨਹੀਂ ਲੱਗੂਗਾ ਚੀਫ ਮਿਨਿਸਟਰ ਆ ਆਪ ਹੀ ਚੋਲਾ ਚੁੱਕ ਕੇ ਸਬਜ਼ੀ ਮੰਡੀ ਤੇ ਚਲੇ ਜਾਣਾ ਇਸੇ ਤਰੀਕੇ ਨਾਲ ਇਵਨ ਜਿਹੜੇ ਬੁੱਧਾ ਦੇ ਪੱਟਾਚਾਰੀਆ ਸੀਗਾ ਸੀਪੀਐਮ ਦਾ ਉਹ ਵੀ ਸੀਗਾ ਤਾਂ ਵੈਸਟ ਬੰਗਾਲ ਦਾ ਉਹਦੀ ਕੁੜੀ ਲੋਕਲ ਬਾਜ਼ੀ ਫਿਰਦੀ ਸੀਗੀ ਤੇ ਉਹਨੂੰ ਕਿਸੇ ਦਿਨ ਇੱਕ ਦਿਨ ਛੇੜ ਦਿੱਤਾ ਤੇ ਉਹ ਫਿਰ ਪਤਾ ਲੱਗਾ ਵੀ ਇਹਦੇ ਚੀ ਮੰਤਰੀ ਦੀ ਕੁੜੀ ਹੈ ਵੀ ਮਤਲਬ ਇਹੋ ਜੇ ਸਾਡੇ ਵੀ ਹੈਗੇ ਜਿਨ੍ਹਾਂ ਨੇ ਕੁਝ ਨਜਾਇਜ਼ ਫਾਇਦੇ ਸਿਸਟਮ ਦੇ ਨਹੀਂ ਉਠਾਉਣੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਦਾ ਰੱਖਿਆ ਸਾਡੇ ਸ਼ਹਾਟੇ ਦਾ ਐਮਐਲਏ ਸੀਪੀਆਈ ਦਾ ਹੁੰਦਾ ਸੀਗਾ ਸਤਪਾਲ ਡਾਂਗ ਹਾਂ ਉਹਨੇ ਬਿਲਕੁਲ ਆਪਣਾ ਇਨਾ ਜੀਵਨ ਸਧਾਰਨ ਸੀਗਾ ਇਸ ਤਰ੍ਹਾਂ ਏਕੇ ਰੌਏ ਜਿਹੜਾ ਉਹਦੀ ਡੈਥ ਹੋ ਗਈ ਇਸ ਜੁਲਾਈ ਦੇ ਵਿੱਚ 2019 ਚ 90 ਸਾਲ ਦੀ ਉਮਰ ਚ ਤਾਂ ਉਹ ਚਾਰਖੰਡ ਤੋਂ ਸੀਗਾ ਤੇ ਝੁੱਗੀ ਝੌਂਪੜੀ ਦੇ ਵਿੱਚ ਰਿਹਾ ਤਿੰਨ ਤਿੰਨ ਵਾਰੀ ਐਮਪੀ ਰਹਿ ਕੇ ਸਾਡੇ ਬੰਦੇ ਵੀ ਹੈਗੇ ਆ ਮੈਂ ਮਤਲਬ ਮੈਨੂੰ ਇਸ ਗੱਲ ਦਾ ਬੜਾ ਮਾਣ ਮਹਿਸੂਸ ਹੁੰਦਾ ਕਿ ਅਸੀਂ ਇੰਨਾ ਬੰਦਿਆਂ ਨੂੰ ਕੁਝ ਇੰਨਾ ਬੰਦਿਆਂ ਨੂੰ ਭਾਵੇਂ ਉਹ ਬਿਊਰੋਕਰੇਟ ਹੈਗੇ ਭਾਵੇਂ ਆਈਪੀਐਸ ਅਫਸਰ ਹੈਗੇ ਭਾਵੇਂ ਕੋਈ ਇਹੋ ਜਿਹੇ ਪੋਲੀਟੀਸ਼ੀਅਨ ਹੈਗੇ ਅਸੀਂ ਕਿਸ ਨਾ ਕਿਤੇ ਗਾਇ ਬਗਾਏ ਇਹਨਾਂ ਦੇ ਨਾਲ ਜਾਣੂ ਸੀਗੇ ਜਾਣਦੇ ਸੀਗੇ ਇਹਨਾਂ ਬਾਰੇ ਮੈਂ ਗੱਲ ਇਹ ਕਹਿਣੀ ਚਾਹੁੰਨਾ ਹਾਂ ਕਿ ਜਿਹੜੇ ਨਾਰਮਲੀ ਬਾਕੀ ਪੋਲਿਟੀਸ਼ੀਅਨ ਆ ਉਹ ਚ ਕਾਂਗਰਸ ਲੀਡਰ ਲਾਲੋ ਕਾਲੀਦਾ ਲਾਲੋ ਭਾਜਪੀ ਲਾਲੋ ਹੋਰ ਜਿੰਨੀਆਂ ਪਾਰਟੀਆਂ ਉਹਨਾਂ ਨੇ ਸੱਤਾ ਦੇ ਵਿੱਚ ਆ ਕੇ ਇੰਨੇ ਨਾ ਪੈਸਾ ਇਕੱਠਾ ਕਰ ਲਿਆ ਕਾਨੂੰਨ ਨੂੰ ਸਿੱਕੇ ਟੰਗ ਕੇ ਕਿਸੇ ਦੀ ਪਰਵਾਹ ਨਹੀਂ ਕੀਤੀ ਔਰ ਉਹਦੇ ਨਾਲ ਜੋੜ ਲਿਆ ਆ ਇਹਨਾਂ ਨੂੰ ਪੁਲਿਸ ਨੂੰ ਤੇ ਬਿਊਰੋਕਰੇਸੀ ਨੂੰ ਉਹਨਾਂ ਨੂੰ ਵੀ ਇਹ ਸਾਥ ਥੋੜਾ ਬਹੁਤ ਬੁਰਕੀ ਪਾਤੀ ਹੁਣ ਉਹ ਸਾਰਾ ਸਿਸਟਮ ਤੇ ਇਹ ਜਿਹੜਾ ਸਿਸਟਮ ਟੋਟਲ ਪੋਲਿਟੀਸਾਈਜੇਸ਼ਨ ਜਿਹਨੂੰ ਕਹਿੰਦੇ ਅਸੀਂ ਕਿ ਸਾਡਾ ਸਿਆਸੀਕਰਨ ਇੰਨਾ ਜਿਆਦਾ ਸਾਡੇ ਜੀਵਨ ਦਾ ਹੋ ਗਿਆ ਭਾਵੇਂ ਉਹ ਬਿਊਰੋਕਰੇਸੀ ਆ ਉਹਨਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਇਸੇ ਤਰ੍ਹਾਂ ਪੁਲਿਸ ਹੈ ਉਹਨਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਪਰ ਉਹ ਇਹ ਕੰਮ ਨਹੀਂ ਕਰਦੇ ਉਹ ਵੀ ਹਿਸ ਮਾਸਟਰ ਵਾਇਸ ਵਾਂਗੂ ਇਹ ਦੇਖਦੇਗਾ ਅੱਜ ચીਫ ਮਿਨਿਸਟਰ ਤੇ ਕਿੱਥੇ ਚਮਚੀ ਮਾਰਨੀ ਆ ਤਾਂ ਕਿ ਕੋਈ ਟਰਾਂਸਫਰ ਚੰਗੀ ਜਗ੍ਹਾ ਹੋ ਜੇ ਕੋਈ ਥਾਣਾ ਚੰਗਾ ਮਿਲ ਜੇ ਜਾਂ ਪ੍ਰੋਮੋਸ਼ਨ ਮ ਇਹ ਸਾਰੇ ਦਾ ਸਾਰੇ ਜਿਹੜੀਆਂ ਨਾ ਕੇਂਦਰੀਕਰਨ ਫੈਸਲੇ ਕਰਨ ਦਾ ਇਹ ਪਾਰਟੀਆਂ ਨੇ ਪੋਲੀਟਿਕਲ ਲੋਕਾਂ ਨੇ ਇਹਨਾਂ ਆਪਣੇ ਹੱਥ ਚ ਕਰ ਲਿਆ ਬਾਕੀ ਸਾਰੇ ਜਿਹੜੇ ਆ ਉਹਨਾਂ ਦੇ ਉੱਤੇ ਡਿਪੈਂਡੈਂਟ ਹੋ ਗਿਆ ਤੇ ਇਹੀ ਕਾਰਨ ਆ ਕਿ ਆਪਣਾ ਕੰਮ ਕਰਨ ਦੀ ਜਗਾ ਉਹਨਾਂ ਦੇ ਚੋ ਵੀ 24 ਘੰਟੇ ਗੜਬੜਈ ਬਣੀ ਗਈ। ਇਹੀ ਗੱਲ ਇਹੀ ਗੱਲ ਇਹੀ ਗੱਲ ਜਿਹੜੀ ਆ ਮੈਂ ਨਾਲ ਇੱਥੇ ਜ਼ਰੂਰ ਜੋੜਦਿਆਂ ਹਾਲਤ ਇਹ ਆ ਕਿ ਇੱਕ ਇੱਕ ਇੰਸਟੀਚੂਨ ਬਚਿਆ ਹੋਇਆ ਸੀ। ਉਹ ਕਿਹੜਾ ਸੀਗਾ? ਉਹ ਸੀ ਜੁਡੀਸ਼ਰੀ। ਸਾਡੀ ਨਿਆਂਪਾਲਿਕਾ ਬਚੀ ਹੋਈ ਸੀ। ਹੌਲੀ-ਹੌਲੀ ਉਹਦੇ ਵਿੱਚ ਵੀ ਇੱਕ ਜਿਹੜਾ ਪੈਨੀਟ੍ਰੇਸ਼ਨ ਕਰ ਗਏ ਆ ਇਹ ਇਹ ਸਭ ਤੋਂ ਜਿਹੜੀ ਜਿਹੜਾ ਕਾਲਾ ਦੇਣ ਜਾਂ ਜਿਹੜੀ ਸਾਡੀ ਦੀ ਸਾਡੀ ਲੋਕਤੰਤਰ ਹੈਗਾ ਜਿਹਨੂੰ ਅਸੀਂ ਬੜਾ ਕਹਿੰਦੇ ਗਏ ਏਡਾ ਵੱਡਾ ਲੋਕਤੰਤਰ ਹਿੰਦੁਸਤਾਨ ਦਾ ਹੈਗਾ ਹਾਂ ਉਹਦੇ ਉਹਦੇ ਲਈ ਇਹ ਸਭ ਤੋਂ ਜ਼ਿਆਦੀ ਖਤਰੇ ਦੀ ਕੰਟੀ ਹੈਗੀ ਤੇ ਪ੍ਰੋਫੈਸਰ ਜਿਵੇਂ ਚਲੋ ਇਹ ਅਫਸਰਾਂ ਦੀ ਗੱਲ ਕਰ ਲਈ ਆਪਾਂ ਨੇ ਤੁਸੀਂ ਕਿਹਾ ਵੀ ਇੱਕ ਪਹਿਲਾਂ ਆਪਾਂ ਗੱਲ ਜ਼ਿਕਰ ਕਰ ਰਹੇ ਸੀ ਵੀ ਪੁਲਿਸ ਵੱਲੋਂ ਜਿੱਥੇ ਜੀਐਨਯੂ ਦੇ ਵਿੱਚ ਜਾਂ ਜਾਮੀ ਯੂਨੀਵਰਸਿਟੀ ਦੇ ਵਿੱਚ ਦੇ ਸਟੂਡੈਂਟਾਂ ਦੇ ਹਮਲਾ ਕੀਤਾ ਗਿਆ ਕਿਹੜੀ ਪ੍ਰਦਰਸ਼ਨਕਾਰੀਆਂ ਉੱਤੇ ਜੋ ਇਹ ਆਪ ਕਹਿੰਦੇ ਨੇ ਤਾਂ ਉੱਥੇ ਜੈ ਸ਼੍ਰੀ ਰਾਮ ਦੀ ਨਾਅਰੇ ਲੱਗੇ ਤਾਂ ਕੁਝ ਹੋਰ ਤਸਵੀਰਾਂ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਵੀ ਉਹ ਵਾਇਰਲ ਹੋਈਆਂ ਸੀ ਉਹਦੇ ਵਿੱਚ ਜਿਨ੍ਹਾਂ ਨੇ ਪੁਲਿਸ ਦੀਆਂ ਜੈਕਟਾਂ ਭਰਦੀਆਂ ਪਾਈ ਹੋਈਆਂ ਸੀਗੀਆਂ ਉਹ ਬੀਜੇਪੀ ਦੇ ਜਿਹੜਾ ਸਟੂਡੈਂਟ ਵਿੰਗ ਹੈ ਉਹਦੇ ਕੁਝ ਇੱਕ ਵਿਦਿਆਰਥੀ ਸੀਗੇ ਤੇ ਕੁਝ ਕਿਹਾ ਜਾਂਦਾ ਆਰਐਸਐਸ ਦੇ ਹੁੰਦੇ ਸੀ ਤਾਂ ਇੱਕ ਤਰੀਕੇ ਨਾਲ ਐ ਇਦਾਂ ਨਹੀਂ ਲੱਗ ਰਿਹਾ ਵੀ ਪ੍ਰਦਰਸ਼ਨਕਾਰੀਆਂ ਨੂੰ ਕੁੱਟਿਆ ਜਾ ਰਿਹਾ ਐਦਾਂ ਲੱਗ ਰਿਹਾ ਵੀ ਜਿਵੇਂ ਇੱਕ ਸੋਚ ਪੈਦਾ ਕਰਕੇ ਹਿੰਦੂ ਤੇ ਮੁਸਲਮਾਨ ਨੂੰ ਕਟਾਇਆ ਜਾ ਰਿਹਾ ਉੱਥੇ ਵਿਦਿਆਰਥੀਆਂ ਦੇ ਵਿੱਚ ਹੀ ਜੋ ਜਿੱਥੋਂ ਸ਼ੁਰੂਆਤ ਹੋਣੀ ਹੈ ਕਿਸੇ ਚੀਜ਼ ਦੀ ਜਿਸ ਨੂੰ ਆਪਾਂ ਕਹਿੰਦੇ ਇੱਕ ਤਰੀਕੇ ਨਾਲ ਜੜ ਹੈ ਸੋ ਨੌਜਵਾਨ ਪੀੜ੍ਹੀ ਹੈ ਜਿਹੜੀ ਅੱਗੇ ਜਾ ਕੇ ਜਿਹਨੂੰ ਜੇ ਉਹਨੂੰ ਧਾਰਮਿਕ ਰੰਗ ਦੇ ਦੇਵਾਂਗੇ ਤਾਂ ਉਹ ਗੁੰਮਰਾਹ ਕੀਤਾ ਜਾ ਰਹੇ ਹੋਣ। ਦੇਖੋ ਇਹ ਤੇ ਬੜੀ ਅਫਸੋਸ ਦੀ ਗੱਲ ਆ ਕਿ ਅਸੀਂ ਅਜੇ ਦੇਸ਼ ਨੂੰ ਪਹਿਲਾਂ ਉਦੋਂ 1947 ਚ ਤਿੰਨਾ ਹਿੱਸਿਆਂ ਚ ਵੰਡਿਆ ਹੈ ਨਾ ਅਸੀਂ ਪਹਿਲਾਂ ਤੇ ਦੋ ਬਣੇ ਹੁਣ ਤਿੰਨ ਬਣ ਕੇ ਬੰਗਲਾਦੇਸ਼ ਲੱਗ ਗਿਆ। ਔਰ ਖੂਨ ਖਰਾਬਾ ਇੰਨਾ ਜ਼ਿਆਦਾ ਹੋਇਆ ਕਿ 10 ਲੱਖ ਤੋਂ ਉੱਪਰ ਲੋਕ ਜਿਹੜੇ ਆ ਮਾਰੇ। ਇਹ ਥੋੜੀ ਗੱਲ ਨਹੀਂ ਹੈਗੀ ਆਪਾਂ ਵਰਲਡ ਵਾਰ ਨੂੰ ਯਾਦ ਕਰਦੇ ਹਾਂ ਕਿ 5 ਕਰੋੜ ਲੋਕ ਮਾਰੇ ਗਏ ਪਰ ਇਹ ਛੋਟੇ ਜਿਹੇ ਸੂਬੇ ਦੇ 10 ਲੱਖ ਲੋਕ ਮਾਰੇ ਜਾਣੇ ਪੰਜਾਬ ਦੇ ਜਾਂ ਬੈਸਟ ਬੰਗਾਲ 'ਚ ਥੋੜੇ ਬਹੁਤ ਉਧਰ ਵੀ ਹੋਏ ਐਡੇ ਵੱਡੇ ਪੱਧਰ ਤੇ ਆਪਾਂ ਸਿੱਖਿਆ ਕੀ ਫਿਰ ਕੁਝ ਨਹੀਂ ਸਿੱਖਿਆ ਹੁਣ ਜਦੋਂ ਕਿ ਅਸੀਂ ਆਪਣੇ ਇਸ ਦੇਸ਼ ਦੇ ਵਿੱਚ ਸੰਵਿਧਾਨ ਨੂੰ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕਰੈtic ਰਿਪਬਲਿਕ ਦੇ ਤੌਰ ਤੇ ਮੰਨਿਆ ਵੀਰ ਦਾ ਪੀਪਲ ਆਫ ਇੰਡੀਆ ਅਸੀਂ ਜਿਹੜੇ ਦੇਸ਼ ਦੇ ਲੋਕ ਹੈਗੇ ਅਸੀਂ ਇਹੋ ਜੇ ਕਨਸਟੀਟਿਊਸ਼ਨ ਨੂੰ ਆਪਣੇ ਲਈ ਬਣਾਇਆ ਔਰ ਉਸ ਨੂੰ ਫਾਲੋ ਕਰ ਰਹੇ ਹਾਂ ਹੁਣ ਇਸ ਨੂੰ ਮੁੜ ਕੇ ਪਿੱਛੇ ਲੈ ਜਾਣਾ 70 ਸਾਲਾਂ ਦੇ ਬਾਅਦ ਕਿ ਹੁਣ ਦੇ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹ ਇਹਦਾ ਮਤਲਬ ਹੈ ਕਿ ਜਿਹੜੇ ਨਾਨ ਹਿੰਦੂ ਹੈ ਉਹ ਤੇ ਸੱਤਾ ਦੇ ਭਾਗੀ ਨਹੀਂ ਹੋਣਗੇ ਉਹ ਤੇ ਸੈਕੰਡਰੀ ਰੈਟ ਸਿਟੀਜ਼ਨ ਹੋਣਗੇ ਹਮਮ ਇਹਹੀ ਕਾਰਨ ਹੈ ਕਿ ਅਸੀਂ ਜਦੋਂ ਬਾਰ-ਬਾਰ ਤੁਹਾਡੇ ਸਾਹਮਣੇ ਜੋ ਹੋ ਰਿਹਾ ਲਗਾਤਾਰ ਨਾ ਤੁਸੀਂ ਉੱਥੋਂ ਵੀ ਅੰਦਾਜ਼ਾ ਲਾਓ ਇਹ ਕੱਲੀ ਮੇਰੇ ਕਹਿਣ ਦੀ ਗੱਲ ਨਹੀਂ ਹੈ ਇੱਕ ਅੱਜ ਤੋਂ 10 ਸਾਲ ਪਹਿਲਾਂ ਦੀਆਂ ਕਹਿਣ ਦੀਆਂ ਗੱਲਾਂ ਸੀ ਹਮਮ ਹੁਣ ਤੇ ਤੁਹਾਡੇ ਸਾਹਮਣੇ ਇੱਕੋ ਇੱਕ ਜਿਹੜੀ ਜੰਮੂ ਕਸ਼ਮੀਰ ਉਹ ਮੁਸਲਮ ਮੈਜੋਰਿਟੀ ਸਟੇਟ ਸੀ ਘਰਤੇ ਨਾ ਕਰਨ ਚ ਬੰਦ ਹੁਣ 5 ਮਹੀਨੇ ਹੋਣ ਵਾਲੇ ਆ ਅੱਜ ਤੱਕ ਉੱਥੋਂ ਉਹਨਾਂ ਨੂੰ ਜਿਹੜਾ ਇੰਟਰਨੈਟ ਹੋਰ ਸਾਰਾ ਕਮਿਊਨੀਕੇਸ਼ਨ ਉਹ ਅਜੇ ਤੱਕ ਵੀ ਪੂਰੀ ਤਰ੍ਹਾਂ ਖੁੱਲਿਆ ਨਹੀਂ ਹੈਗਾ ਅਜੇ ਵੀ ਉਹ ਕਰੋ ਕਰੀ ਨਜ਼ਰਬੰਦ ਹੈਗੇ ਮਤਲਬ ਉਹਨਾਂ ਨੇ ਬੰਦੇ ਨਹੀਂ ਤੁਸੀਂ ਸਮਝਦੇ ਤਬਾਹ ਹੋ ਗਈ ਉਹਨਾਂ ਦੀ ਇਕਨੋਮੀ ਇਸ ਵੇਲੇ ਇਹੋ ਜੀ ਹਾਲਤ ਆ ਉਹਨਾਂ ਦਾ ਪਤਾ ਨਹੀਂ ਜਿੰਨਾ ਪੈਸਾ ਮਿੰਨੂ ਕੋਈ ਕਹਿ ਰਿਹਾ ਸੀਗਾ ਕਿ برف ਪੈ ਗਈ ਆ 3000 ਐਪਲ ਦਾ ਟਰੱਕ ਰਾਹ ਦੇ ਵਿੱਚ برف ਕਰਕੇ ਖੜਾ ਹੈਗਾ ਸਿਰਫ ਇੱਕ ਟਰੱਕ ਅੱਗੇ ਨਿਕਲਿਆ ਉਹ ਕੋਈ ਬੰਦਾ ਵਪਾਰੀ ਹੈ ਜਿਹੜਾ ਮੈਨੂੰ ਜਿਹਨੇ ਸਬਜੀ ਦਾ ਵਪਾਰੀ ਫਲਾਂ ਦਾ ਵਪਾਰੀ ਉਹਨੇ ਮੈਨੂੰ ਫੋਨ ਕਰਕੇ ਦੱਸਿਆ ਬਠਿੰਡੇ ਤੋਂ ਹੈਗਾ ਕਹਿੰਦਾ ਜੀ ਇਹ ਹਾਲਤ ਹੈ ਉਹ ਤੇ ਇਹਦਾ ਮਤਲਬ ਜੇ ਉਹ ਸਾਰੇ ਐਪਲ ਖਰਾਬ ਹੋ ਜਾਣਗੇ ਤੇ ਉਹਨਾਂ ਨੂੰ ਕੌਨ ਦੀ ਇਹ ਗਵਰਨਮੈਂਟ ਹੈਗੀ ਇਹ ਹਾਲਤ ਬਣੀ ਕਰਨ ਵੀਰ ਕਿ ਉਹਨਾਂ ਨੂੰ ਭੁੱਖੇ ਮਾਰ ਕੇ ਬੰਦ ਕਰਕੇ ਉਹਨਾਂ ਨੂੰ ਕਾਉਡਾਉਨ ਕਰਨਾ ਤਾਂ ਕਿ ਉਹ ਅਖੀਰ ਤੇ ਆ ਕੇ ਜਿਵੇਂ ਤੁਸੀਂ ਹਾਥੀ ਨੂੰ ਸਰਕਸ ਦੇ ਵਿੱਚ ਕਹਿੰਦੇ ਟੋਆ ਪੁੱਟ ਕੇ ਦੋ ਤਿੰਨ ਮਹੀਨੇ ਉਹਨੂੰ ਕੁੱਟਦੇ ਮਾਰਦੇ ਭੁੱਖਾ ਰੱਖਦੇ ਆ ਫਿਰ ਉਹ ਹਾਰ ਕੇ ਸਬਮਿਟ ਕਰ ਜਾਂਦਾ ਵੀ ਚਲੋ ਜੋ ਕਹੋਗੇ ਮੈਂ ਉਹ ਹੀ ਕਰ ਲਵਾਂਗਾ ਉਹ ਹਾਲਤ ਉਸ ਕਿਸਮ ਦੀ ਉਹਨਾਂ ਨੂੰ ਟੇਮ ਕਰ ਲਈ ਜਿਹੜੀ ਉਹਨਾਂ ਦੀ ਰਾਜਨੀਤਿਕ ਚੇਤਨਾ ਉਹਨੂੰ ਖੁੰਡੀਆਂ ਕਰਨ ਲਈ ਔਰ ਉਹਨਾਂ ਨੂੰ ਬੇਵਸ ਕਰਕੇ ਕਿ ਤੁਸੀਂ ਹੁਣ ਕੁਝ ਨਹੀਂ ਕਰ ਸਕਦੇ ਤੁਸੀਂ ਜੋ ਅਸੀਂ ਕਹੋਗੇ ਉਹਦੇ ਮੁਤਾਬਕ ਚੱਲੋਗੇ ਇਹ ਉੱਥੇ ਇੱਕ ਪਾਲਿਸੀ ਅਪਣਾਈ ਹੋਈ ਹੈ ਗੱਲੇ ਆਰਥਿਕ ਤੌਰ ਤੇ ਕਹਿੰਦੇ ਵੀ ਸਭ ਤੋਂ ਪਹਿਲਾਂ ਤੇ ਵੀ ਆਰਥਿਕ ਤੌਰ ਤੇ ਕਮਜ਼ੋਰ ਕਰ ਦੋ ਕਿਉਂਕਿ ਫਿਰ ਅਗਲੇ ਨੂੰ ਹੁੰਦਾ ਪਰਿਵਾਰ ਚਲਾਉਣ ਵਾਲੇ ਬੰਦੇ ਨੇ ਜੇ ਉਹਨਾਂ ਕੋਲ ਪੈਸੇ ਨਹੀਂ ਤਾਂ ਉਹਨਾਂ ਨੂੰ ਜਿਹੜੀ ਪਹਿਲੀ ਜ਼ਰੂਰਤ ਆ ਉਹੀ ਹੁੰਦੀ ਵੀ ਚੁੱਪਚਾਪ ਆਪਣੇ ਪਰਿਵਾਰ ਨੂੰ ਪਾਲੋ ਕਿਉਂਕਿ ਜਿਉਂ ਕੀ ਬੰਧਾਰਥਿਕ ਤੌਰ ਤੇ ਜਿਹਦੇ ਕੋਲ 4 ਪੈਸੇ ਨੇ ਤਾਂ ਹੀ ਉਹ ਸੱਤਾ ਦੇ ਵਿਰੁੱਧ ਆਵਾਜ਼ ਉਠਾ ਸਕਦਾ ਪਰ ਜਦੋਂ ਤੋਂ ਘਰ ਦੀਆਂ ਜ਼ਰੂਰਤਾਂ ਹੀ ਨਹੀਂ ਪੂਰੀਆਂ ਹੁੰਦੀਆਂ ਤਾਂ ਸਰਕਾਰ ਬਰੁੱਧ ਕੀ ਤੁਰੂਗਾ ਹਾਂ ਇਹਨਾਂ ਨੇ ਕਿਹਾ ਤੇ ਇਹੀ ਹੈ ਨਾ ਕਿ ਅਸੀਂ ਉੱਥੇ ਬਹੁਤ ਵਿਕਾਸ ਕਰਾਂਗੇ ਸਾਰੇ ਲੋਕ ਸਾਡੇ ਨਾਲ ਹੋ ਜਾਣਗੇ ਤੁਸੀਂ ਦੇਖਿਓ ਸਹੀ ਅਸੀਂ ਕੀ ਕਰਾਂਗੇ ਪਰ ਜੋ ਤਰਾਥਲ ਤੇ ਹੋ ਰਿਹਾ ਉਹਦੇ ਵਿਕਾਸ ਦੇ ਬਿਲਕੁਲ ਵਿਪਰੀਤ ਹੋ ਰਿਹਾ ਇਹੀ ਇਹੀ ਕਹਿ ਦਈਏ ਜੁਮਲੇ ਦੇ ਕੇ ਤਾਂ ਪੂਰੇ ਭਾਰਤ ਦੀ ਸੱਤਾ ਨੇ ਹਥਿਆਲੀ ਵਿਕਾਸ ਹੋਊਗਾ ਤੇ ਆਪਾਂ ਦੇਖ ਰਹੇ ਹਾਂ ਵੀ ਕਿੰਨਾ ਕੁ ਵਿਕਾਸ ਹੋ ਰਿਹਾ ਤੇ ਇਹਦੇ ਨਾਲ ਹੀ ਜਦੋਂ ਸਰਕਾਰਾਂ ਦੀ ਚੋਣ ਹੁੰਦੀ ਹੈ ਇੱਕ ਆਪਾਂ ਜ਼ਿਕਰ ਖਬਰ ਦੇ ਨਜ਼ਰ ਮਾਰ ਇਲੈਕਸ਼ਨ ਕਮਿਸ਼ਨ ਵਾਲੀ ਤੇ ਕਿ ਜਦੋਂ ਸਰਕਾਰਾਂ ਦੀ ਚੋਣ ਹੁੰਦੀ ਸਭ ਤੋਂ ਵੱਡਾ ਰੋਲ ਦੇਸ਼ ਦੀ ਡੈਮੋਕ੍ਰੇਸੀ ਹੁੰਦਾ ਇਲੈਕਸ਼ਨ ਇਲੈਕਸ਼ਨ ਕਮਿਸ਼ਨ ਦਾ ਵੀ ਜਿਹਨੇ ਨਿਰਪੱਖਤਾ ਨਾਲ ਹੈ ਜਿਹੜੀ ਉਹ ਵੋਟਾਂ ਕਰਾਉਣੀ ਹੁੰਦੀਆਂ ਨੇ ਪਰ ਹੁਣ ਕਿਤੇ ਨਾ ਕਿਤੇ ਉਹਨੂੰ ਵੀ ਦੱਬ ਲਿਆ ਉਹਨੂੰ ਉਹਨਾਂ ਦੇ ਪਿੱਛੇ ਵੀ ਕਦੀ ਕੁੱਤੇ ਲਾਏ ਹੋਏ ਨੇ ਸੂਈਆ ਕੁੱਤੇ ਵੀ ਕਿਹੜਾ ਬੰਦਾ ਕਿੱਥੇ ਜਾਂਦਾ ਇਹ ਇਹ ਗੱਲ ਅਸੀਂ ਪਹਿਲੀ ਵਾਰ ਨਹੀਂ ਕਰਨ ਵੀ ਮੈਂ ਤੇ ਕਈ ਸਾਲਾਂ ਤੋਂ ਇਹ بار-ਬਾਰ ਕਹਿ ਰਿਹਾ ਹਾਂ ਔਰ ਕਈ ਜਾਵਾਂਗੇ ਅਜੇ ਵੀ ਇਹ ਕਹਿਣੀ ਚਾਹੀਦੀ ਹੈ ਕਿ ਭਾਵੇਂ ਸਾਡੀਆਂ ਕੋਰਟਾਂ ਕਚਹਿਰੀਆਂ ਉਹਦੇ ਤੇ ਵੀ ਇੰਟਰਫੀਅਰੈਂਸ ਹੋ ਗਈ ਆ ਸਰਕਾਰਾਂ ਦੀ ਤਾਂ ਹੀ ਤਾਂ ਚਾਰ ਜੱਜਾਂ ਨੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਡੇਢ-ਦੋ ਸਾਲ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਸਾਰਾ ਕੁਝ ਸੁਪਰੀਮ ਕੋਰਟ ਦੇ ਅੰਦਰ ਠੀਕ ਨਹੀਂ ਉਹ ਵੀ ਜਿਹੜਾ ਚੀਫ ਜਸਟਿਸ ਆਫ ਇੰਡੀਆ ਆ ਪਹਿਲਾਂ ਇਹ ਦੇਖਦੇ ਆ ਕਿ ਮੋਦੀ ਜੀ ਦਾ ਮੂਡ ਕਿਹੋ ਜਿਹਾ ਤੇ ਉਸ ਤਰੀਕੇ ਦੇ ਫੈਸਲੇ ਜਿਹੜੇ ਸ਼ੁਰੂ ਹੋਣੇ ਚਾਹੀਦੇ ਆ ਇਹ ਇਸ ਕਿਸਮ ਦੀ ਜਿਹੜੀ ਅੰਦਰੋਂ ਜਿਹੜੀ ਆਰਏ ਹੈ ਜੇ ਜੇ ਇਹ ਬਿਲਕੁਲ ਠੀਕ ਹੋਵੇ ਜੋ ਲੋਕਾਂ ਦੀ ਇਸ ਕਿਸਮ ਦੀ ਬਣੀ ਹੋਈ ਹੈ ਪਰਸਪੈਕਸ਼ਨ ਬਣ ਰਹੀ ਹੈ ਬੜੀ ਸਟਰੋਂਗ ਪਰਸਪੈਕਸ਼ਨ ਬਣ ਰਹੀ ਹੈ ਕਿ ਖਾਸ ਕਰ ਜਿਹੜਾ ਅਯੁੱਧਿਆ ਦੇ ਵਰਡਕਟ ਦੇ ਵਰਡਕਟ ਤੋਂ ਬਾਅਦ ਕਿ ਇਹ ਹੋ ਕੀ ਰਿਹਾ ਇਸ ਦੇਸ਼ ਦੇ ਵਿੱਚ ਇਸ ਕਰਕੇ ਜਿਹੜੇ ਵਨ ਆਫਟਰ ਦਾ ਅਦਰ ਸਮਝੌਤੇ ਇਸ ਕਰਕੇ ਜਿਹੜੇ ਇਹਨਾਂ ਨੇ ਫੈਸਲੇ ਕੀਤੇ ਆ ਉਹਦੇ ਤੋਂ ਬੇਪਰੋਸਗੀ ਤੇ ਬਹੁਤ ਪੈਦਾ ਹੋ ਰਹੀ ਹੈ ਇਹ ਜਿਹੜਾ ਤੁਸੀਂ ਇਲੈਕਸ਼ਨ ਕਮਿਸ਼ਨ ਦੀ ਅਸ਼ੋਕ ਲਵਾਸਾ ਦੀ ਗੱਲ ਛੇੜੀ ਹੈਗੀ ਅਸ਼ੋਕ ਲਵਾਸਾ ਇਲੈਕਸ਼ਨ ਕਮਿਸ਼ਨਰ ਹੈਗਾ ਇੱਕ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਤੇ ਦੋ ਇਲੈਕਸ਼ਨ ਕਮਿਸ਼ਨਰ ਹੁੰਦੇ ਆ ਤਿੰਨਾਂ ਦੀ ਟੀਮ ਹੁੰਦੀ ਹੈ ਜਿਹੜੀ ਸਾਰੇ ਦੇਸ਼ ਦੀ ਇਲੈਕਸ਼ਨ ਕਰਾਉਂਦੀ ਹੈ ਇਹ ਜਦੋਂ ਚੱਲਿਆ ਇਹਨਾਂ ਦਾ ਇੱਕ ਹੀ ਹੁੰਦਾ ਕਿ ਲਗਾਤਾਰ ਲੋਕਾਂ ਦੇ ਜਿਹੜੇ ਸ਼ਿਕਾਇਤਾਂ ਆਉਂਦੀਆਂ ਕਿ ਭਾਵੇਂ ਉਹ ਪ੍ਰਧਾਨ ਮੰਤਰੀ ਹੋਵੇ ਭਾਵੇਂ ਕੋਈ ਹੋਮ ਮਿਨਿਸਟਰ ਹੋਵੇ ਭਾਵੇਂ ਕੋਈ ਵਿਰੋਧੀ ਪਾਰਟੀ ਦਾ ਲੀਡਰ ਹੋਵੇ ਕਾਂਗਰਸ ਹੋਵੇ ਕੋਈ ਪਾਰਟੀ ਦਾ ਹੋਵੇ ਜੇ ਕੋਈ ਜਿਹੜਾ ਇਲੈਕਸ਼ਨ ਦਾ ਕੋਡ ਆਫ ਕੰਡਕਟ ਨੂੰ ਵਾਇਲਟ ਕਰਦਾ ਤੇ ਇਹ ਉਹਨੂੰ ਪੈਨਲਾਈਜ਼ ਕਰਨਗੇ ਮੀਟਿੰਗ ਕਰਨਗੇ ਤਰੰਤ ਤੇ ਉਸ ਨੂੰ ਸਜ਼ਾ ਸਨ ਹੋਣਗੇ ਹੁਣ ਜਿੱਥੋਂ ਤੱਕ ਤੇ ਹੋਰ ਸੀਗੇ ਯੂਪੀ ਦੇ ਲੀਡਰ ਮਾਇਆਵਤੀ ਹੋਰ ਸਾਰਿਆਂ ਨੂੰ ਜਿਹੜੇ ਜਿਹੜੇ ਉਹਨਾਂ ਨੇ ਦੇਖੇ ਇਨਕਲੂਡਿੰਗ ਨਵਜੋਤ ਸਿੱਧੂ ਸਾਡੇ ਪੰਜਾਬ ਤੋਂ ਇਹਨਾਂ ਸਾਰਿਆਂ ਨੂੰ ਪੀਨਲਾਈਜ਼ ਕੀਤਾ ਜਦੋਂ ਆਈ ਅਮਿਤ ਸ਼ਾਹ ਤੇ ਖਾਸ ਕਰ ਮੋਦੀ ਜੀ ਦੀ ਵਾਰੀ ਇਹਨਾਂ ਨੇ ਇਹ ਕਿਹਾ ਸੀਗਾ ਕਿ ਇਸ ਵਾਰੀ ਨੌਜਵਾਨਾਂ ਨੂੰ ਜਿਹੜਾ ਬਾਲਾਕੋਟ ਦੇ ਵਿੱਚ ਹਮਲਾ ਹੋਇਆ ਉਹਨਾਂ ਫੌਜੀਆ ਨੂੰ ਮਨ ਵਿੱਚ ਰੱਖ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਇਹਦਾ ਮਤਲਬ ਕੀ ਸੀ ਇਹਨਾ ਤੁਸੀਂ ਪ੍ਰਭਾਵਿਤ ਕਰ ਰਹੇ ਨਾ ਵੋਟਾਂ ਨੂੰ ਇਹ ਜਦੋਂ ਜਾ ਕੇ ਕੰਪਲੇਂਟ ਇਹਨਾਂ ਕੋਲ ਗਈ ਤੇ ਦੋ ਬੰਦਿਆਂ ਨੇ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਸੀ ਤੇ ਇਲੈਕਸ਼ਨ ਦੂਸਰਾ ਕਮਿਸ਼ਨਰ ਦਾ ਟੀਮ ਦਾ ਮੈਂਬਰ ਸੀ ਉਹਨਾਂ ਨੇ ਉਹਨੂੰ ਮਾਫ ਕਰਤਾ ਕਹਿੰਦੇ ਇਹ ਇਹਦੇ ਚ ਕੋਈ ਧਮਖਾਂ ਨਹੀਂ ਹੈ ਕੋਈ ਕੋਡ ਦੀ ਵਾਇਲੇਸ਼ਨ ਨਹੀਂ ਬੜਾ ਅਸ਼ੋਕ ਲਵਾਸਾ ਨੇ ਇਸ ਗੱਲ ਦੇ ਉੱਤੇ ਆਪਣੀ ਡਿਸੈਂਟਿੰਗ ਨੋਟ ਦਿੱਤੀ ਸੀ ਕਿ ਨਹੀਂ ਅਸੀਂ ਇਹ ਭਿੰਨ ਭੇਦ ਕਰ ਰਹੇ ਹਾਂ ਜਾਂ ਅਸੀਂ ਵਿਰੋਧੀ ਪਾਰਟੀਆਂ ਨੂੰ ਤੇ ਟੰਗ ਰਹੇ ਹਾਂ ਪਰ ਅਸੀਂ ਇਸ ਨੂੰ ਨਹੀਂ ਹਾਲਾਂਕਿ ਕਨਸਟੀਟਿਊਸ਼ਨ ਹੈਗੀ ਜਿਹੜੀ ਕਨਸਟੀਟਿਊਸ਼ਨਲ ਬਾਡੀ ਹੈਗੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਹਨੂੰ ਟੋਟਲ ਪੋਲੀਟੀਕਲ ਪਾਰਟੀਆਂ ਤੋਂ ਇਮਿਊਨਿਟੀ ਹੈਗੀ ਜਿਵੇਂ ਕੋਰਟਾਂ ਨੂੰ ਇਮਿਊਨਿਟੀ ਹੈਗੀ ਹੈ ਕਿ ਕੋਰਟਾਂ ਜਿਹੜੀਆਂ ਆ ਉਹਦੇ ਚ ਰਾਜਨੀਤਿਕ ਲੋਕ ਆਪਣੀ ਭੂਮਿਕਾ ਨਹੀਂ ਨਿਭਾ ਸਕਦੇ ਉਹ ਇੰਡੀਪੈਂਡੈਂਟ ਆਜ਼ਾਦ ਹੈਗੇ ਇਸ ਤਰੀਕੇ ਨਾਲ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ ਸਾਡਾ ਉਹ ਸੰਵਿਧਾਨਿਕ ਬਾਡੀ ਹੈਗੀ ਉਨੇ ਵਿੱਚ ਪੋਲੀਟੀਕਲ ਪਾਰਟੀਆਂ ਆਪਣੀ ਇੰਟਰਫੀਰੈਂਸ ਨਹੀਂ ਕਰ ਸਕਦੀਆਂ ਕਿਉਂਕਿ ਉਹਨਾਂ ਨੇ ਆਪਣੇ ਆਜ਼ਾਦਾਨਾ ਤੌਰ ਦੇ ਉੱਤੇ ਫੈਸਲੇ ਦੇਣੇ ਹਨ ਇਲੈਕਸ਼ਨਾਂ ਕਰਾਉਣੀਆਂ ਪਰ ਇਹਦੇ باوجود ਵੀ ਜਦੋਂ ਉਹਨਾਂ ਨੇ ਇਹ ਗੱਲ ਦੀ ਖਬਰ ਗਈ ਤਾਂ ਇਹ ਇਹਦੇ ਵਿਸਥ ਤੇ ਘੋਲਦੇ ਪੂਰੀ ਜਹਰ ਜਹਰ ਪੂਰੀ ਘੋਲਦੇ ਆ ਉਹਦੇ ਪਿੱਛੇ ਹੋਣ ਹੋਦੀ ਹੈ ਉਹਦੇ ਪਿੱਛੇ ਹੋਣ ਇਨਕਮ ਟੈਕਸ ਵਾਲੇ ਲਾਤੇ ਉਹ ਕਹੀ ਜਾਂਦਾ ਕਿ ਮੇਰੇ ਮੈਂ ਸਾਰੇ ਜਿਹੜੇ ਟੈਕਸ ਦਿੱਤੇ ਹੋ ਜਾਂ ਤੁਸੀਂ ਆ ਮੇਰਾ ਰਿਕਾਰਡ ਦੇਖ ਲਓ ਇਹ ਕਹਿੰਦੇ ਅਸੀਂ ਮੰਨਣਾ ਨਹੀਂ ਉਹਨੂੰ ਤੰਗ ਕਰੀਏ ਇਹ ਵੀ ਤੰਗ ਕਰੀਏ ਤੇ ਮੜ ਕੇ ਉੱਠੇ ਨਾ ਹੱਥ ਖੜੇ ਕਰ ਜਵੇ ਦੂਜਿਆਂ ਨੂੰ ਦੂਜਿਆਂ ਨੂੰ ਉਹ ਜਿਤਨਾ ਕਾ ਮਾਰਕੀਟ ਅੰਗਣ ਵਾਲੀ ਗੱਲ ਕਿ ਜਿਹੜੇ ਬਾਕੀ ਦੇ ਦੋ ਬੈਠੇ ਹੋ ਦੇਖ ਲੈਣ ਜੇ ਅਸੀਂ ਲਵਾਸਾ ਨੇ ਡਿਸੈਂਟ ਕੀਤਾ ਸੀਗਾ ਤੋ ਉਹਦਾ ਹਾਲ ਅਸੀਂ ਆ ਕਰ ਰਹੇ ਆ ਚਿਤੰਬਰਮ ਦਾ ਵੀ ਮੈਨੂੰ ਕਿ ਨਾ ਦੁੱਧ ਤੋਤੇ ਹੈਗੇ ਆ ਬਥੇਰੇ ਸਾਰੇ ਕਰਦੇ ਆ ਪਰ ਤੁਸੀਂ ਸਿਲੈਕਟਿਵਲੀ ਕਿਉਂਕਿ ਚਿਤੰਬਰਮ ਨੇ ਅੰਮਿਤ ਸ਼ਾਹ ਨੂੰ ਇੱਕ ਵਾਰੀ ਜੇਲ੍ਹ ਚ ਦਵਾਇਆ ਸੀਗਾ ਇਹ ਰਫੇਰੀ ਕੋਈ ਇਹੋ ਜਿਹਾ ਕੇਸ ਸੀਗਾ ਜੋ ਵੀ ਹੈ ਕੋਈ ਕ੍ਰਿਮੀਨਲ ਕੇਸ ਸੀਗਾ ਤਾਂ ਇਸ ਨੇ ਫਿਰ ਉਹਨੂੰ ਦੱਸਤਾ 100 ਦਿਨ ਅੰਦਰ ਰੱਖਿਆ ਇਸ ਕਰਕੇ ਕਿਸੇ ਵੀ ਕਦੀ ਈਡੀ ਦੀ ਇੰਟਰਵਿਊ ਹੋ ਰਹੀ ਕਦੀ ਕਿਸੇ ਦੀ ਹੋ ਰਹੀ ਕਦੀ ਕਿਸੇ ਦੀ ਹੋ ਰਹੀ ਉਹਨੂੰ 100 ਦਿਨ ਨਹੀਂ ਬਾਹਰ ਆਉਣ ਦਿੱਤਾ ਇਸ ਕਰਕੇ ਜਿਹੜਾ ਇਹ ਚੱਲਿਆ ਹੋਇਆ ਹੈ ਨਾ ਸਾਰਾ ਸਿਸਟਮ ਵਿਂਡਿਕਟਿਵ ਜਿਹਨੂੰ ਕਹਿੰਦੇ ਆ ਬਦਲਾਖੋਰੀ ਦੀ ਭਾਵਨਾ ਨਾਲ ਇਹ ਛੋਟਾ ਪਣਿਆ ਰਾਜਨੀਤਿਕ ਲੋਕਾਂ ਦਾ ਉਹਨਾਂ ਨੂੰ ਵੱਡਾ ਪਣ ਹੋਣਾ ਚਾਹੀਦਾ ਔਰ ਸਾਡੇ ਦੇਸ਼ 'ਚ ਬਹੁਤ ਸਾਰੇ ਲੀਡਰ ਪਹਿਲਾਂ 50s 60s ਵਿੱਚ ਸੀਗੇ ਜਿਹੜੇ ਵੱਡਾ ਦਿਲ ਕਰਕੇ ਚੱਲਦੇ ਸੀ ਤੇ ਉਦੋਂ ਵਿਕਾਸ ਵੀ ਹੋਇਆ ਕੋਈ ਸਾਡੀ ਫਾਊਂਡੇਸ਼ਨ ਵੀ ਸਾਡੀ ਪੂਰੀ ਨਿਊ ਰੱਖੀ ਗਈ ਸਾਡੇ ਵਿਕਾਸ ਦੀ ਵੀ ਪਰ ਹੁਣ ਇਹ ਬਣੀ ਬਣਾਈ ਖੇਲ ਨੂੰ ਨਾ ਕੱਲਾ ਕੱਲਾ ਇੱਟ ਜਿਤਨਾ ਤੋੜ-ਤੋੜ ਕੇ ਸੁੱਟੀ ਗਈ ਦੀ ਆ ਵੀ ਇੱਕ ਦਿਨ ਧੜੰਮ ਥੱਲੇ ਡਿੱਗੇ ਇਹ ਹਾਲਤ ਬਣੀ ਦਿਲ ਦੀ ਗੱਲ ਤਾਂ ਆਪਾਂ ਕਰੀਏ ਜੇਲਾਂ ਦੇ ਵਿੱਚ ਜਿਹੜਾ ਖੂਨ ਆ ਉਹਦਾ ਹੀ ਰੰਗ ਬਦਲ ਨੂੰ ਫਿਰਦੇ ਨੇ ਹਾਂ ਨਾ ਸੋਚ ਜਦੋਂ ਦਿਲ ਦੇ ਵਿੱਚ ਖੂਨ ਦਾ ਰੰਗ ਬਦਲ ਗਿਆ ਤੇ ਦਿਮਾਗ 'ਚ ਹੋਈ ਖੂਨ ਨੇ ਜਾਣਾ ਫਿਰ ਉਹੋ ਜਿਹੀ ਜ਼ਹਿਰ ਆ ਲੋਕਾਂ ਵਿੱਚ ਭਰੀ ਜਾਂਦੀ ਆ ਤੇ ਨਾਗਰਿਕ ਤੋਂ ਦੇ ਬੰ ਨੂੰ ਲੈ ਕੇ ਹਰ ਇੱਕ ਪਾਰਟੀ ਆ ਸੂਬੇ ਤੋਂ ਲੈ ਕੇ ਚੈਨ ਰਾਸ਼ਟਰੀ ਪੱਧਰ ਤੇ ਹਰ ਕੋਈ ਵਿਰੋਧ ਕਰ ਰਿਹਾ ਦੂਜੀ ਪਾਸੇ ਖੱਬੇ ਪੱਖੀਆਂ ਦਾ ਆਪਾਂ ਜ਼ਿਕਰ ਕਰ ਲੈਨੇ ਆ ਕਿਉਂਕਿ ਕਾਂਗਰਸ ਮੌਜੂਦਾ ਵਿਰੋਧੀ ਧਿਰ ਆ ਪਰ ਉਹ ਵਿੱਚ ਵਿਚਾਲੇ ਆ ਉਹ ਨਾ ਇੱਧਰ ਆ ਨਾ ਉੱਧਰ ਆ ਕਿਉਂਕਿ ਉਹਨਾਂ ਨੇ ਵੋਟਾਂ ਲੈਣੀਆਂ ਨੇ ਆਪਣੀ ਹਿੰਦੂ ਵੋਟ ਵੀ ਤੋੜਨਾ ਨਹੀਂ ਚਾਹੁੰਦੀ ਜੇ ਖੱਬੇ ਪੱਖੀਆਂ ਦੀ ਗੱਲ ਕਰੀਏ ਤਾਂ ਹੁਣ ਅਜੇ ਵੀ ਸੀਪੀਏ ਵੱਲੋਂ ਜਿਹੜਾ ਹੁਣ ਕਬੇ ਬਕੀ ਬੋਲ ਨਮਾ ਸਾਲ ਚੜਨਾ ਤੇ ਉਹਦਾ ਪਹਿਲਾ ਹਫਤਾ ਉਹ ਕਹਿੰਦੇ ਆ ਵੀ ਅਸੀਂ ਇਸ ਵਿਰੋਧ ਦੇ ਵਿੱਚ ਅਸੀਂ ਵਿਰੋਧ ਪ੍ਰਦਰਸ਼ਨ ਕਰਨਾ ਹੜਤਾਲ ਵਗੈਰਾ ਕਰਨਗੇ ਜੋ ਕੁਝ ਵੀ ਤਾਂ ਇੱਕ ਪਹਿਲੇ ਸਾਲ ਨੂੰ ਉਹ ਇਸ ਨਜ਼ਰ ਨਾਲ ਜਾਨੀ ਸ਼ੁਰੂ ਕਰਨਾ ਚਾਹੁੰਦੇ ਨੇ ਪਰ ਦੂਜੀ ਪਾਰਟੀਆਂ ਵੀ ਲੱਗਦਾ ਉਹਨਾਂ ਦਾ ਇਸ ਸਾਥ ਦੇਣ ਗਿਆ ਕਿ ਸਿਰਫ ਖੱਬੇ ਪੱਖੀ ਆਪਣੀ ਸੋਚ ਨੂੰ ਲੈ ਕੇ ਅੱਗੇ ਤੁਰਨਗੇ ਦੇਖੋ ਇਹ ਚ ਦੋ ਤਿੰਨ ਗੱਲਾਂ ਹੈਗੀਆਂ ਇੱਕ ਤੇ ਰਿਜਨਲ ਪਾਰਟੀਆਂ ਜਿਹੜੀਆਂ ਉਹ ਇਸ ਨੂੰ ਰਜਿਸਟਰ ਕਰ ਰਹੀਆਂ ਔਰ ਦੂਸਰਾ ਜਿਹੜੀਆਂ ਲੈਫਟਿਸਟ ਪਾਰਟੀਆਂ ਨੂੰ ਰਜਿਸਟਰ ਕਰ ਰਹੀਆਂ ਮਮਤਾ ਮਮਤਾ ਬੈਨਰਜੀ ਨੇ ਇਹ ਗੱਲ ਕਹੀ ਸੀ ਕਿ ਇਹ ਜਿਹੜਾ CAA ਜਿਹੜਾ ਸਿਟੀਜ਼ਨ ਅਮੈਂਡਮੈਂਟ ਐਕਟ ਆ ਮੇਰੀ ਡੈਡ ਬਾਊਟ ਤੇ ਲੱਗ ਹੋਊਗਾ ਧਨ ਤੜਲੇਦਾਰ ਸ਼ੇਰਨੀ ਅੰਗ ਬੁੱਕ ਕਿ ਉਹਨੇ ਕਿਹਾ ਕੇਰਲਾ ਵਾਲਿਆਂ ਨੇ ਉੱਥੇ ਕਮਿਊਨਿਸਟ ਸਰਕਾਰ ਹੈਗੀ ਸੀ ਪੀਐਮ ਦੀ ਉਹਨਾਂ ਨੇ ਵੀ ਕਿਹਾ ਤੇ ਇੱਥੋਂ ਤੱਕ ਕਿ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਹਿਲਿਆਂ ਚ ਤਿੰਨ ਸਟੇਟਾਂ ਸੀ ਜਿਨ੍ਹਾਂ ਨੇ ਇਹ ਕਹਿਤਾ ਕਿ ਖਬਰਦਾਰਾ ਸੀ ਇੱਥੇ ਵਾੜ ਨਹੀਂ ਦੇਵਾਂਗੇ ਇਹ ਸਾਨੂੰ ਮੈਂ ਬੜੀ ਵਾਰੀ ਪਹਿਲਾਂ ਵੀ ਤਾਰੀਫ ਇਸ ਗੱਲ ਦੀ ਕਰ ਚੁੱਕਾ ਇੱਕ ਚੰਗੀ ਗੱਲ ਸੀ ਪਰ ਅਫਸੋਸ ਇਹ ਹੈ ਕਿ ਜਿਹੜੀ ਸਾਡੀ ਸਭ ਤੋਂ ਪੁਰਾਣੀ ਤੇ ਸਭ ਤੋਂ ਵੱਡੀ ਜਿਹਨੇ ਆਜ਼ਾਦੀ ਵਿੱਚ ਵੀ ਜਿਹੋ ਜਿਹਾ ਵੀ ਜਿੰਨਾ ਵੀ ਹਿੱਸਾ ਪਾਇਆ ਉਹ ਸਾਰੇ ਦੇ ਬਾਵਜੂਦ ਔਰ ਸਭ ਤੋਂ ਲੰਬੇ ਦੌਰ ਤੱਕ ਰੂਲਿੰਗ ਪਾਰਟੀ ਸੈਂਟਰ ਦੇ ਵਿੱਚ ਇਹ ਰਹੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਉਸ ਦਾ ਰੋਲ ਇੰਨਾ ਮਤਲਬ ਦੱਬੂ ਵਾਲਾ ਹੈਗਾ ਕਿ ਚਾਹੀਦਾ ਤੇ ਉਹਨਾਂ ਨੂੰ ਇੱਕ ਸੰਵਿਧਾਨ ਢਾਡੀ ਅਗਵਾਈ ਵਿੱਚੇ ਨਹਿਰੂ ਵਿੱਚੇ ਪਟੇਲ ਵਿੱਚੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜਿਹੜੇ ਉਹ ਕਨਸਟੀਟਿਊਸ਼ਨਲ ਕਮੇਟੀ ਦੇ ਚੇਅਰਮੈਨ ਸੀ ਤੇ ਇਹਨਾਂ ਦੀ 3 ਸਾਲ 2.5 ਸਾਲ ਲਾ ਕੇ ਤੇ ਉਹ ਕਨਸਟੀਟਿਊਸ਼ਨ ਬਣਾਇਆ ਤੁਹਾਡੇ ਸਾਰੇ ਨਾਲ ਰਲ ਕੇ ਬਣਿਆ ਹੁਣ ਜੇ ਉਹ ਕਨਸਟੀਚਿਊਸ਼ਨ ਤੇ ਹਮਲਾ ਹੋ ਰਿਹਾ ਆ ਜੇ ਅਸੀਂ ਦੁਬਾਰਾ ਇੱਕ ਧਰਮ ਦੇ ਨਾਂ ਦੇ ਉੱਤੇ ਕੋਈ ਸਰਕਾਰਾਂ ਚਲਾਉਣੀਆਂ ਚਾਹੁੰਦੇ ਆ ਔਰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ ਭਾਰਤ ਨੂੰ ਤਾਂ ਫਿਰ ਸਭ ਤੋਂ ਵੱਧ ਚਿੰਤਾ ਤੇ ਇਹਨਾਂ ਲੋਕਾਂ ਨੂੰ ਹੋਣਾ ਚਾਹੀਦਾ ਜਾਈਦੀ ਹੈ ਕਿ ਅਸੀਂ ਕੀ ਕੀਤਾ ਸੀ ਤੇ ਆ ਕੀ ਹੋ ਰਿਹਾ ਪਰ ਉਹ ਉਹਨਾਂ ਨੂੰ ਇਹ ਲੱਗਦਾ ਕਿ ਜੇ ਅਸੀਂ ਫਰੰਟਲੀ ਜਿਆਦਾ ਵੱਡੇ ਪੱਧਰ ਦੇ ਉੱਤੇ ਇਸ ਗੱਲ ਦਾ ਵਿਰੋਧਤਾ ਕੀਤੀ ਤੇ ਜਿਹੜੇ ਹਿੰਦੂ ਵੋਟ ਹੈਗੇ ਆ ਉਹ ਸਾਡੇ ਖਿਸਕ ਜਾਣਗੇ ਸਾਨੂੰ ਇਨ੍ਹਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਖਾਸ ਕਰਕੇ ਜਿਹੜੀ ਮੁਸਲਿਮ ਘੱਟ ਗਿਣਤੀ ਹੈ 크ਰਿਸਚੀਅਨ ਘੱਟ ਗਿਣਤੀ ਹੈ ਉਹਨਾਂ ਦੀਆਂ ਵੋਟਾਂ ਤੇ ਪੈਣੀਆਂ ਹੀ ਪੈਣੀਆਂ ਕਿਉਂਕਿ ਉਹ ਬੀਜੇਪੀ ਜਦੋਂ ਇੰਨੀ ਉਹਨਾਂ ਦੀ ਫੱਟੀ ਪੋਛ ਰਹੀ ਹੈ ਲਗਾਤਾਰ ਉਹਨਾਂ ਤੇ ਹਮਲੇ ਕਰ ਰਹੀ ਹੈ ਤਾਂ ਇਨ੍ਹਾਂ ਹਾਲਾਤਾਂ ਦੇ ਵਿੱਚ ਉਹ ਵੋਟ ਕਿੱਥੇ ਪਾਉਣਗੇ ਉਹਨਾਂ ਨੂੰ ਲੱਗਦਾ ਕਿ ਵੀ ਅਸੀਂ ਆ ਸਾਡੇ ਯੂਪੀਆ ਨੂੰ ਪੈਣਗੀਆਂ ਉਹ ਪਰ ਨਾਲ ਹੀ ਜਿਹੜੀ ਦੇਖੋ ਇੱਕ ਇਨਸਾਫ ਦੀ ਗੱਲ ਹੁੰਦੀ ਆ ਇੱਕ ਇੱਕ ਕਾਨੂੰਨ ਦੀ ਗੱਲ ਹੁੰਦੀ ਆ ਇੱਕ ਕਨਸਟੀਟਿਊਸ਼ਨ ਦੀ ਗੱਲ ਹੈਗੀ ਆ ਇੱਕ ਸਾਡੇ ਆਪਣੇ ਸੈਕੂਲਰ ਇਤਿਹਾਸ ਦੀ ਵੀ ਗੱਲ ਉਹਦੇ ਤੇ ਜਿੰਨੇ ਵੱਡੇ ਪੱਧਰ ਤੇ ਪਹਿਰਾ ਦੇਣਾ ਚਾਹੀਦਾ ਕਦੀ ਜਿੰਨ ਪੰਜਾਬੀ ਚ ਕਹਿੰਦੇ ਨੇ ਜੀ ਪੌ ਚੜਿਓ ਮਰਜੋ ਚੜਿਓ ਇੱਕ ਬਿਆਨ ਦੇ ਦੇਣਗੇ ਫਿਰ ਦੋ ਦਿਨ ਬਹਿ ਜਾਣਗੇ ਫਿਰ ਉੱਥੇ ਕਿ ਜਾ ਕੇ ਪੰਜ ਉਹ ਬਜ਼ੁਰਗ ਸਾਡੇ ਨੂੰ ਮਨਮੋਹਨ ਸਿੰਘ ਨੂੰ ਠੰਡ ਚ ਮਾਰ ਦੇਣਾ ਸੀ 5 ਘੰਟੇ ਉੱਥੇ ਜਾ ਕੇ ਰਾਜ ਘਾਟੇ ਸੜਕ ਤੇ ਰਾਜ ਘਾਟੇ ਰਾਜ ਘਾਟੇ ਦੀ ਠੰਡ ਚ ਬਿਠਾਤਾ ਹੈ ਤੁਸੀਂ ਉਹ ਹੋਰ ਕੇ ਇਹਨੂੰ ਬਿਠਾ ਲਓ ਸਰਗਾ ਨਹੀਂ ਫੋਟੋ মিডিਆ ਸਾਰਾ ਕਿਉਂਕਿ ਉਹਨਾਂ ਨੇ 10 ਸਾਲ ਪ੍ਰਧਾਨ ਮੰਤਰੀ ਰਹੇ ਆ ਇਸ ਕਰਕੇ ਇਹ ਨਹੀਂ ਨਾ ਸਰਦੇ ਨੂੰ ਕਰਦੇ ਰਹੀ ਹੈ ਕਾਂਗਰਸ ਤੇ ਪਰੇ ਸਾਰੇ ਕਰਨ ਦੇ باوجود ਵੀ ਸਾਨੂੰ ਇਸ ਗੱਲ ਦੀ ਖੇਦ ਵੀ ਹੈ ਦੁੱਖ ਵੀ ਹੈ ਅਫਸੋਸ ਵੀ ਹੈ ਕਿ ਕਾਂਗਰਸ ਨੂੰ ਸਿੱਧੇ ਤੌਰ ਤੇ ਮੁਕਾਬਲੇ ਚ ਆਉਣਾ ਚਾਹੀਦਾ ਸੀ ਆ ਪਿੱਛੇ ਤੁਸੀਂ ਦੇਖਿਆ ਜਦੋਂ ਹਿੰਦੂਤਵਾ ਦਾ ਜ਼ਿਆਦਾ ਰੌਲਾ ਪਿਆ ਬੀਜੇਪੀ ਵੱਲੋਂ ਤਾਂ ਇਹ ਜਾ ਕੇ ਮੰਦਰਾਂ ਦੇ ਵਿੱਚ ਜਨੇਊ ਪਾਈ ਫਿਰਦਾ ਸੀਗਾ ਕੌਣ ਰਾਹੁਲ ਗਾਂਧੀ ਰਾਹੁਲ ਗਾਂਧੀ ਹੁਣ ਇਟਾਲੀਅਨ ਤੇਰੀ ਮਾਂ ਆ ਹੈਨਾ ਔਰ ਫਾਦਰ ਤੇਰਾ ਇਸ ਤਰ੍ਹਾਂ ਆ ਗਾਂਧੀ ਹੈਗਾ ਆ ਜਿਹੜੇ ਪਾਰਸੀ ਸੀਗੇ ਹੈਨਾ ਤੇ ਤੁਹਾਡੇ ਦੇ ਵਿੱਚ ਤੁਸੀਂ ਹੁਣ ਇਹ ਦੱਸਣਾ ਚਾਹੁੰਦੇ ਵੀ ਨਹੀਂ 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 ਮੈਂ ਵੀ ਹਿੰਦੂ ਆ ਮੇਰੇ ਖੂਨ ਹਿੰਦੂ ਆ ਇਹ ਗੱਲਾਂ ਕਿੱਧਰ ਨੂੰ ਕਿੱਦੀ ਇਸ ਕਰਕੇ ਤੁਸੀਂ ਉਹ ਕਾਰਡ ਨਹੀਂ ਇਹਨਾਂ ਨੂੰ ਖੇਡਣਾ ਚਾਹੀਦਾ ਇਹਨਾਂ ਨੂੰ ਸੈਕੂਲਰ ਡੈਮੋਕ੍ਰੈਟਿਕ ਸੋਸ਼ਲਿਸਟਿਕ ਉਹੀ ਕਾਰਡ ਜਿਹੜੇ ਆ ਖੇਡਣੇ ਚਾਹੀਦੇ ਆ ਇਹ ਇਸ ਕਰਕੇ ਮੇਰਾ ਖਿਆਲ ਹੈ ਕਿ ਇਸ ਗੱਲ ਦਾ ਲੌਂਗ ਰਨ ਚ ਦੇਸ਼ ਨੂੰ ਬੜਾ ਨੁਕਸਾਨ ਹੋਊਗਾ ਜਿਹੜੀ ਵੀ ਨੇਸ ਜਿਹੜੀ ਕਾਂਗਰਸ ਦਿਖਾ ਰਹੀ ਆ ਅੱਜ ਦੀ ਰਾਜਨੀਤੀ ਚ ਨਹੀਂ ਅੱਜ ਜਿਵੇਂ ਤੁਸੀਂ ਗੱਲ ਕੀਤੀ ਰਾਹੁਲ ਗਾਂਧੀ ਕਿਉਂਕਿ ਕਾਫੀ ਉਦੋਂ ਬਿਆਨ ਵੀ ਆਏ ਸੀ ਕਈ ਭਾਜਪਾ ਲੀਡਰ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਦੱਸਣ ਉਹਨਾਂ ਦੇ ਪਾਸਪੋਰਟ ਦਾ ਧਰਮ ਕੀ ਲਿਖਿਆ ਲਿਖਿਆ ਉਦੋਂ ਬਾਅਦ ਫਿਰ ਲੱਗਦਾ ਉਹਨੇ ਜਨੇਊਪਾ ਲਾ ਕੇ ਦੱਸਣ ਵੀ ਜੇ ਭਾਜਪਾ ਨੂੰ ਦੱਸਣਾ ਤਾਂ ਮੈਂ ਜਨੇਊਪਾ ਕੇ ਦੱਸ ਦਵਾਂ ਭਾਈ ਮੈਂ ਥੋੜਾ ਹੀ ਆ ਤੇ ਜਿਵੇਂ ਆਪਾਂ ਤੁਸੀਂ ਖਬਰ ਆਪਾਂ ਜ਼ਿਕਰ ਕਰ ਰਹੇ ਸੀਗੇ ਵੀ ਕਾਂਗਰਸ ਨੇ ਕਾਫੀ ਜਿਹੜਾ ਸੰਘਰਸ਼ ਕੀਤਾ ਪਰ ਇਸ ਤੋਂ ਬਾਅਦ ਆਪਣੇ ਪੰਜਾਬ ਦੇ ਵੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਵੀ ਕਹਿਦੀਏ ਦੇ ਖਾਤਰ ਕਾਫੀ ਸੰਘਰਸ਼ ਕੀਤਾ ਹੋਰ ਤੇ ਹੁਣ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਨੂੰ ਕਹਿ ਰਹੇ ਨੇ ਕਿ ਤੁਸੀਂ ਆਪਣਾ ਸਟੈਂਡ ਦੱਸੋ ਭਾਈ ਕੀ ਇਹਦੇ ਦੇ ਉੱਤੇ ਸੋ ਕੇ ਉਲਟਾ ਅਕਾਲੀ ਦਲ ਨੂੰ ਕਹਿ ਰਹੇ ਨੇ ਕਿ ਤੇ ਉਹ ਅਕਾਲੀ ਦਲ ਜਿਹੜੀ ਹਮੇਸ਼ਾ ਅੱਗੇ ਵੱਧ ਕੇ ਹੱਕਾਂ ਲਈ ਝੰਡਾ ਚੱਕਦੀ ਸੀ ਤੇ ਹੁਣ ਉਹਨੂੰ ਸਵਾਲ ਕੀਤੇ ਜਾ ਰਹੇ ਨੇ ਵੀ ਤੁਹਾਡਾ ਸਟੈਂਡ ਕੀ ਹੈ ਮੈਂ ਤਕਰੀਬਨ ਮਤਲਬ ਜਿੱਥੇ-ਜਿੱਥੇ ਜਾਂਦਾ ਕੋਈ ਦਿਨ ਛੁੱਟਦਾ ਨਾ ਜਿੱਥੇ ਮੈਂ ਜਦ ਮੈਂ ਇਹਦੇ ਤੋਂ ਕੱਲ ਨਹੀਂ ਕਰਦਾ ਕਰਨ ਵੀਰੇ ਹੈ ਹੀ ਬੜੀ ਅਫਸੋਸ ਵਾਲੀ ਗੱਲ ਹੁਣ ਸਾਡਾ ਇੱਥੇ ਸਿੱਖ ਹੋਣਾ ਪੰਜਾਬੀ ਹੋਣਾ ਇਹ ਕੋਈ ਸਾਡੇ ਨੇ ਸੁਝਾਇਆ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਅਸੀਂ ਪੰਸੂ ਪੰਜਾਵਾ ਪ੍ਰਕਾਸ਼ਪੁਰਬ ਗੁਰੂ ਨਾਨਕ ਦੇਵ ਜੀ ਦਾ ਹਜ਼ਾਰਾਂ ਕਰੋੜ ਰੁਪਏ ਲਾ ਕੇ ਧੂਮ ਧਾਮ ਨਾਲ ਮਨਾਇਆ ਤੇ ਸਾਡੇ ਲਈ ਪ੍ਰਾਈਡ ਵਾਲੀ ਮਾਣ ਵਾਲੀ ਗੱਲ ਹੈ ਤੇ ਤਾਂ ਹੀ ਅਸੀਂ ਮਨਾਇਆ ਨਾ ਇਹ ਵਿੱਚ ਇਹ ਅਕਾਲੀ ਦਾਲ ਹੈ ਤੇ ਉਹਦੋਂ ਸਟੇਜਾਂ ਸਾਂਝੀਆਂ ਕਰਨ ਲਈ ਵੀ ਜਾਨੀ ਮੈਨੂੰ ਆ ਹੋਵੇ ਮੈਨੂੰ ਆ ਹੋਵੇ ਮੈਨੂੰ ਮਿਲੇ ਮੈਨੂੰ ਮਿਲੇ ਸੋਕਾਲ ਜਿਹੜੀ ਕ੍ਰੈਡਿਟ ਵਾਰਿਆ ਉਹਦੇ ਵਿੱਚ ਦੇ ਪੂਰੀ ਤਰੀਕੇ ਨਾਲ ਸੀਗੇ ਔਰ ਉਹ ਜਦੋਂ ਖਤਮ ਹੋ ਗਿਆ ਸਾਰਾ ਉਹ ਜਿਹੜਾ ਜਾਲ ਜਲਾਓ ਜਿਹੜਾ ਦਿਨ ਦਾ ਬਰਸੀ ਦਾ ਸਾਰਾ ਖਤਮ ਹੋ ਗਿਆ ਜਿਹੜਾ 550 ਪ੍ਰਕਾਸ਼ਪੁਰਬ ਦਾ ਹੁਣੇ ਫੇਰ ਉੱਥੇ ਦੇ ਉੱਥੇ ਹੀ ਇਸ ਕਰਕੇ ਮੈਂ ਇਹ ਸਮਝਦਾ ਕਰਨਵੀਰ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦਾ ਤੇ ਜੋ ਰੋਲ ਆ ਉਹ ਰਹਿੰਦਾ ਹੀ ਰਹਿੰਦਾ ਹੈ ਤੁਹਾਨੂੰ ਪਤਾ ਹੀ ਹੈ ਕਾਂਗਰਸ ਦੇ ਦਿੱਲੀ ਵਾਲ ਦੇਖਣਾ ਕਿ ਸੋਨੀਆ ਗਾਂਧੀ ਕੀ ਕਹਿੰਦੀ ਆ ਰਾਹੁਲ ਗਾਂਧੀ ਕੀ ਕਹਿੰਦਾ ਨਹਿਰੂ ਪਰਿਵਾਰ ਕੀ ਕਹਿੰਦਾ ਉਹਨਾਂ ਦਾ ਰੋਲ ਤੇ ਡਿਊਬੀਅਸ ਜੇ ਨਹੀਂ ਵੀ ਕਹੋ ਤੇ ਦੋਰਾਪਾਨ ਹਾਂਜੀ ਦੋਰਾਪਾਨ ਹੈ ਨਾ ਪੰਜਾਬ ਵਿੱਚ ਪੰਜਾਬ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਉਸ ਕਿਸਮ ਦਾ ਉਹਨਾਂ ਦਾ ਰੋਲ ਰਹਿਣਾ ਹੀ ਰਹਿਣਾ ਵੈਸੀਲੇਟਿੰਗ ਕਾਰਨ ਇਹ ਹੈ ਕਿ ਉਹ ਪੰਜਾਬ ਦੇ ਵਿੱਚ ਆਪਣੀ ਪਾਵਰ ਵੀ ਪਾਉਣੀ ਚਾਹੁੰਦੇ ਆ ਪਰ ਦਿੱਲੀ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਇਹਨਾਂ ਦੇ ਉੱਤੇ ਮੈਨੂੰ ਦੱਸੋ ਤਾਂ ਕਿਹੜਾ ਦਬਾਇਆ ਇਨਦਾ ਇਨਾ ਬਹਾਦਰ ਇਤਿਹਾਸ ਆਜ ਹੈ ਸਾਰਾ ਕੁਝ ਹੁੰਦੇ باوجود ਉਹ ਦਿੱਲੀ ਦੇ ਵਿੱਚ ਇਹੋ ਜਿਹੇ ਨਾ 9 ਮਾਸ ਦਾ ਰਿਸ਼ਤਾ ਇਹਨਾਂ ਨੇ ਬਣਾਇਆ ਬੀਜੇਪੀ ਦੇ ਨਾਲ ਆਰਐਸਐਸ ਨਾਲ ਇਨਦਾ ਸੁਆਏ ਕੱਲ ਨੂੰ ਪਹਿਰਾਵੇ ਤੇ ਤੇ ਦਿਖ ਤੋਂ ਕੱਖ ਵੀ ਅੰਦਰ ਜਿਹੜਾ ਵਾ ਸਿੱਖ ਸਿੱਖੀ ਦਾ ਰਹਿਣਾ ਨਹੀਂ ਆਲਰੇਡੀ ਬਹੁਤ ਕੁਝ ਜਿਸੀ ਖੋ ਚੁੱਕੇ ਹਿੰਦੂਆਂ ਦੀ ਜਿਹੜੀ ਜਿਹੜੀ ਮੈਂ ਕੋਈ ਉਹ ਕਮਿਊਨਲ ਪਾਛਾ ਜੀ ਕਹਿ ਰਿਹਾ ਮਤਲਬ ਕਿ ਇੱਕ ਸ਼ਬਦ ਵਰਤਣਾ ਚਾਹੁੰਦਾ ਐਜ਼ ਇਸ ਜੋ ਲੀਡਰ ਵਰਤਣਾ ਜੀ ਸੋਸ਼ਲ ਸੋਸ਼ਲ ਐਨਾਲਿਸਿਸ ਦੇ ਤੌਰ ਤੇ ਵਰਤਣਾ ਚਾਹੁੰਨਾ ਮੈਨੂੰ ਦੁੱਖ ਹੁੰਦਾ ਜਦੋਂ ਇਹੋ ਜੀ ਪਾਛਾ ਵਰਤਦੇ ਆ ਉਹਦੀ ਬੇਸਿਕ ਕਨਸਟੀਟਿਊਸ਼ਨ ਕਿਸ ਚੀਜ਼ ਤੇ ਆ ਜਾਤਾਂ ਦੇ ਆਧਾਰ ਤੇ ਤੁਸੀਂ ਮਾਈਨਸ ਕਰ ਦੋ ਜਾਤਾਂ ਹਮ ਇਹ ਇਹ ਹਿੰਦੂ ਕਲਚਰ ਚੋਂ ਜਾਂ ਹਿੰਦੂ ਸੋਸ਼ਲ ਸਿਸਟਮ ਚੋਂ ਤਾਂ ਫਿਰ ਕੀ ਰਹਿੰਦਾ ਕੁਝ ਵੀ ਨਹੀਂ ਉੱਥੇ ਰਹਿੰਦਾ ਹੈਨਾ ਅ 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 ਸਾਡੇ ਵੀ ਤੇ ਰੈਜ਼ਰਵੇਸ਼ਨ ਸਾਰਾ ਕੁਝ ਸਾਡੇ 37% ਰੂਰਲ ਏਰੀਆ ਚ ਦਲੇ ਤੇ ਹੈਗੇ ਅਸੀਂ ਚਾਹੀਦਾ ਇਹ ਸੀ ਕਿ ਜਦੋਂ ਸਿੱਖੀ ਸਟੈਬਲਿਸ਼ ਹੋ ਗਈ ਤੇ ਬਾਬਾ ਬੰਦਾ ਬਹਾਦਰ ਦਾ ਜਿਹੜਾ ਸਾਰਾ ਉਥੋਂ ਰਾਜਨੀਤੀ ਸੀ ਉਹਨੂੰ ਅੱਗੇ ਤੋਰਨਾ ਚਾਹੀਦਾ ਸੀ ਅਸੀਂ ਉੱਥੇ ਹੀ ਉਹ ਖਤਮ ਹੋ ਗਈ ਤੇ ਰਾਦਰ ਅਸੀਂ ਆਪਣੇ ਉਸ ਵਿਰਸੇ ਨੂੰ ਅਮੀਰ ਵਿਰਸੇ ਨੂੰ ਨਿੱਜੀ ਮਫਾਦਾਂ ਲਈ ਵਰਤ ਰਹੇ ਆਂ ਔਰ ਰਾਜਨੀਤੀ ਲਈ ਵਰਤ ਰਹੇ ਆਂ ਆਪਣੀ ਹੋਰ ਸ਼ੋਹਰਤ ਲਈ ਵਰਤ ਰਹੇ ਆਂ ਇਸ ਗੱਲ ਦਾ ਮੈਨੂੰ ਬੜਾ ਅਫਸੋਸ ਹੁੰਦਾ ਕਿ ਇਕਾਲੀਆਂ ਨੂੰ ਬੁੱਕ ਕੇ ਆਉਣਾ ਚਾਹੀਦਾ ਹੈ ਅੱਜ ਖਾਲੀ ਵੀ ਘਟ ਗਿਣਤੀ ਹੈਗੇ ਆ ਠੀਕ ਹੈ ਹਾਂ ਪਰ ਇਹ ਘਟ ਗਿਣਤੀ ਜਿਹੜੇ ਆ ਉਹਨਾਂ ਦੀ ਜ਼ਿਆਦਾਤਰ ਬੁੱਕਲ 'ਚ ਵੜੇ ਰਹਿੰਦੇ ਇਹਨਾਂ ਨੂੰ ਬਾਹਰ ਆ ਕੇ ਦੇਖਣਾ ਚਾਹੀਦਾ ਕਿ ਦੁਨੀਆ ਕਿਹੋ ਜੀ ਹੈ ਕੱਲ ਤੇ ਵੀ ਅਕਾਲੀ ਦਲ ਹੁਣ ਬਿਆਨ ਦਵੇ ਕਿਹੜਾ ਅਕਾਲੀ ਦਲ ਦੇ ਆਪ ਦੇ ਰੋਲੀ ਨਿਜਿੱਠ ਹੁੰਦੇ ਇੱਕ ਤਾਂ ਹੁੰਦਾ ਵੀ ਜਦੋਂ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀ ਇੱਕ ਸਾਰਿਆਂ ਦਾ ਅਕਾਲੀ ਦਾ ਇੱਕ ਲੀਡਰ ਸੀ ਜੋ ਬਿਆਨ ਦਿੰਦੇ ਸੀ ਤਾਂ ਮੰਨਿਆ ਜਾਂਦਾ ਸੀ ਅਕਾਲੀ ਦਲ ਨੇ ਬਿਆਨ ਦਿੱਤਾ ਹੁਣ ਲੀਡਰਾਂ ਦੇ ਆਪਸ ਦੀ ਵਿੱਚ ਹੀ ਅੱਜ ਦੌੜ ਜਿਹੜੀ ਲੱਗੀ ਹੋਈ ਹੈ ਤੇ ਫਿਲਹਾਲ ਪ੍ਰੋਫੈਸਰ ਸਮਾ ਆਪਣੇ ਕੋਲ ਕਹਿਦੀ ਹੈ ਜੇ ਪੂਰਾ ਹੋ ਗਿਆ ਖਬਰਾਂ ਵੀ ਕਾਫੀ ਹੋਰ ਵੀ ਸੀ ਜਿਵੇਂ ਇੱਕ ਬੀਜਪੀ ਦੇ ਸਪੋਕਸਮੈਨ ਬੀਪੀ ਗੋਪਾਲ ਕ੍ਰਿਸ਼ਨ ਮੋਧਾ ਦਾ ਬਿਆਨ ਤੇ ਵੀ ਜ਼ਿਕਰ ਕਰਨ ਦਸ਼ਕ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਕਿ ਗਲਫ ਦੇਸ਼ਾਂ ਵਿੱਚ ਜੋ ਹਿੰਦੂਆਂ ਨੂੰ ਤੰਗ ਕਰਦੇ ਉਹਨਾਂ ਨੂੰ ਅਸੀਂ ਮੁਸਲਮਾਨ ਉਹਨਾਂ ਨੂੰ ਅਸੀਂ ਪਾਕਿਸਤਾਨ ਭੇਜ ਦੇਵਾਂਗੇ। ਹਾਂ ਮੈਂ ਵੀ ਪੜਿਆ। ਹਾਂਜੀ ਉਹ ਕਈ ਇਸ ਤਰ੍ਹਾਂ ਦੇ ਹਾਸੋ ਵੀਣੀਆਂ ਬਿਆਨ ਦੇਖਣ ਨੂੰ ਛੋਟੇ ਲੱਗਦੇ ਨੇ ਪਰ ਇਹ ਲੀਡਰ ਨੇ ਸਪੋਕਸਮੈਨ ਨੇ ਜਦੋਂ ਅਜਿਹੇ ਲੀਡਰਾਂ ਵੱਲੋਂ ਅਜਿਹੇ ਬੰਦਿਆਂ ਵੱਲੋਂ ਬਿਆਨ ਦਿੱਤੇ ਜਾਂਦੇ ਤਾਂ ਪਤਾ ਲੱਗਦਾ ਕਿੰਨੀ ਨਫ਼ਰਤ ਇਹਨਾਂ ਵਿੱਚ ਘੁਲੀ ਹੋਈ ਹੈ ਲੋਕਾਂ ਨੂੰ ਨਹੀਂ ਤੇ ਸਾਨੂੰ ਕਹਿ ਦਿੰਦੇ ਆ ਤੁਸੀਂ ਜਿਹੜਾ ਵੀ ਮੋਦੀ ਦੇ ਕੋਈ ਕਹੇ ਕਿ ਮੋਦੀ ਜੀ ਇੰਜ ਨਹੀਂ ਇੰਜ ਕਰ ਲੋ। ਕਹਿੰਦੇ ਜੀ ਇੰਟੀਨੇਸ਼ਨਲ ਆ ਇਹਨੂੰ ਪਾਕਿਸਤਾਨ ਪੇਜ ਪਾਕਿਸਤਾਨ ਦੀ ਪਾਛਾ ਬੋਲ ਰਿਹਾ ਨਹੀਂ ਗੱਲ ਵੀ ਜੇ ਹੁਣ ਮੈਂ ਇਹ ਸੋਚਦੇ ਆਂ ਕਿ ਗੱਲ ਆਪਾਂ ਸੋਚੀਏ ਵੀ ਆਉਣ ਵਾਲੇ ਸਮੇਂ 'ਚ ਇਹ ਨਾ ਹੋ ਵੀ ਜੇ ਤੁਸੀਂ ਰਜਿਸਟਰ ਜਿਹੜਾ ਲਾਇਆ ਉਹ ਜੀ ਤੁਸੀਂ ਆਪਣਾ ਧਰਮ ਨਹੀਂ ਲਿਖਿਆ ਤੇ ਤੁਸੀਂ ਮੁਲਕ ਦੇ ਨਾਗਰਿਕੇ ਨਹੀਂ ਹੈਗੇ ਐਦਾਂ ਵੀ ਹੋ ਸਕਦਾ ਵੀ ਤੁਹਾਡਾ ਧਰਮ ਨਹੀਂ ਤਾਂ ਤੁਸੀਂ ਕਿਸ ਹਿੰਦੁਸਤਾਨ ਦੇ ਨਾਗਰਿਕੇ ਨਹੀਂ ਫਿਲਹਾਲ ਬਹੁਤ ਸਾਰਾ ਬਹੁਤ-ਬਹੁਤ ਤੁਹਾਡਾ ਧੰਨਵਾਦ ਖਬਰਾਂ ਤੇ ਚਰਚਾ ਕਰਨ ਦੇ ਲਈ ਤੇ ਨਾਲੇ ਨਾਲ ਹੀ ਸੀ ਸਾਡੀ ਚਲਾਏ ਵੀ ਫਿੱਟ ਰਹੋ ਕਿਉਂਕਿ ਰੋਜ਼ ਆਪਾਂ ਨੇ ਖਬਰਾਂ ਕਰਨੀਆਂ ਹੁੰਦੀਆਂ ਹਨ ਠੰਡ ਦਾ ਟਾਈਮ ਹੈ ਤਾਂ ਕਰਕੇ శ్రీਨਾਨ ਪੂਰਾ ਰੱਖੋ ਫਿੱਟ ਕਨਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਰੋਤਿਆਂ ਦਾ ਵੀ ਧੰਨਵਾਦ ਤੇ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਗੱਲ ਚਰਚਾ ਕੀਤੀ ਤੇ ਗੱਲ ਜਾਂਦੇ ਜਾਂਦੇ ਕਹਾ ਕਿ ਬੀਤੇ ਦਿਨੀ ਕਹਿ ਦਈਏ ਸੂਰਜ ਗ੍ਰਹਿਣ ਲੱਗਿਆ ਸੀ ਤੇ ਲੱਖਾਂ ਹੀ ਗਿਣਤੀ ਵਿੱਚ ਲੋਕਾਂ ਨੇ ਕਾਲੀਆਂ ਅੰਕਾਂ ਲਾ ਕੇ ਸੂਰਜ ਗ੍ਰਹਿਣ ਨੂੰ ਦੇਖਿਆ ਪਰ ਲੋੜ ਹੈ ਅੱਖਾਂ ਤੋਂ ਕਾਲੀਆਂ ਅੰਕਾਂ ਲਾ ਕੇ ਜੋ ਦੇਸ਼ ਨੂੰ ਗ੍ਰਹਿਣ ਲੱਗਿਆ ਹੋਇਆ ਉਹਦੇ ਉੱਤੇ ਵੀ ਥੋੜੀ ਜਿਹੀ ਨਜ਼ਰ ਮਾਰਨ ਧੰਨਵਾਦ